ਤੁਸੀਂ ਸਬਸਕ੍ਰਾਈਬ ਕਰੋ ਇਸ MHONE ਕੰਟੀਨੀ ਮੰਡੀਰ ਦੇ ਆਫੀਸ਼ੀਅਲ YouTube ਚੈਨਲ ਨੂੰ, ਬੈਲ ਆਈਕਨ ਨੂੰ ਪ੍ਰੈਸ ਕਰਕੇ ਤੁਹਾਨੂੰ ਸਾਰੀਆਂ ਨੋਟੀਫਿਕੇਸ਼ਨਸ ਮਿਲ ਜਾ ਕਰਨਗੀਆਂ। ਸੋ ਗੋ ਐਂਡ ਸਬਸਕ੍ਰਾਈਬ। ਓ ਮੈਂਡੀ, ਗੋਲੀ ਮਾਰ ਅੰਗਰੇਜ਼ੀ ਦੇ ਪੀਰੀਅਡ ਨੂੰ, ਚੱਲ ਆ ਤੈਨੂੰ ਕੰਟੀਨੀ ਚਾਹ ਪਿਆਵਾਂ। ਨਮਸਕਾਰ, ਅਦਾਬ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਆਪਣਾ ਰਵਨੀਤ ਲੈ ਕੇ ਹਾਜ਼ਰ ਹੋ ਚੁੱਕਿਆ ਤੁਹਾਡੇ ਸਾਰਿਆਂ ਦਾ ਮਨ ਪਸੰਦੀਦਾ ਸ਼ੋਅ। ਸ਼ੋਅ ਦਾ ਨਾਮ ਹੈ ਜੀ ਕੰਟੀਨੀ। ਸੋ ਅੱਜ ਬਹੁਤ ਭਾਗ ਵਾਲਾ ਦੇਣਾ ਕਿ ਮੈਂ ਇੱਕ ਬਹੁਤ ਹੀ ਚੰਗੇ ਕਾਲਜ ਦੇ ਵਿੱਚ ਔਰ ਬਹੁਤ ਹੀ ਵਧੀਆ ਸ਼ਹਿਰ ਨਕੋਦਰ ਦੇ ਵਿੱਚ ਆਇਆ। ਜ਼ੋਰਦਾਰ ਤਾੜੀਆਂ ਆਪਣੇ ਲਈ। ਸ਼੍ਰੀ ਗੁਰੂ ਨਾਨਕ ਨੈਸ਼ਨਲ ਕਾਲਜ ਫੋਰ ਵੁਮੈਨ ਅੱਜ ਮੈਂ ਆਇਆ ਜੀ ਸ਼ਹਿਰ ਨਕੋਦਰ ਦੇ ਵਿੱਚ। ਸੋ ਬਹੁਤ ਚੰਗਾ ਕਾਲਜ, ਪਹਿਲੀ ਪਾਤਸ਼ਾਹੀ ਬਾਬੇ ਨਾਨਕ ਜੀ ਦੇ ਨਾਂ ਦੇ ਉੱਤੇ ਕਾਲਜ ਹੈ ਔਰ ਮੇਰੀ ਦਿਲੋਂ ਅਰਦਾਸ ਕਿ ਹਮੇਸ਼ਾ ਇਹ ਕਾਲਜ, ਇਸ ਕਾਲਜ ਦੇ ਵਿੱਚ ਪੜ੍ਹਨ ਵਾਲੇ ਬੱਚੇ, ਇੱਥੋਂ ਦੇ ਸਟਾਫ, ਪ੍ਰਿੰਸੀਪਲ ਸਾਹਿਬ, ਸੈਕਟਰੀ ਸਰ, ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਰਹਿਣ, ਪਰਮਾਤਮਾ ਦਾ ਬਾਬੇ ਨਾਨਕ ਦਾ ਆਸ਼ੀਰਵਾਦ ਬਣਿਆ ਰਹੇ। ਸੋ ਜ਼ੋਰਦਾਰ ਤਾੜੀਆਂ ਇੱਕ ਵਾਰ ਆਪਣੇ ਲਈ। ਸੋ ਅੱਜ ਦਾ ਸਾਡਾ ਕੰਟੀਨੀ ਮੰਡੀਰ ਸ਼ੋਅ ਸਪੈਸ਼ਲ ਹੈ ਜੀ, ਕਿਉਂਕਿ ਸਪੋਂਸਰ ਸਾਡੇ ਨਾਲ ਨੇ। ਸੋ ਕੰਟੀਨੀ ਮੰਡੀਰ ਇਜ਼ ਬਰੋਟ ਟੂ ਯੂ ਬਾਏ ਪ੍ਰੋ ਇਜ਼ ਗੋ ਐਕਸਲ। ਮੈਂ ਆਪਣੇ ਸਪੋਂਸਰ ਦਾ ਚੈਨਲ ਵੱਲੋਂ, ਚੈਨਲ ਦੇ ਰਾਹੀਂ ਬਹੁਤ ਸਾਰਾ ਥੈਂਕਸ ਕਰਦਾ ਕਿ ਉਹ ਸਾਡੇ ਇਸ ਸ਼ੋਅ ਦੇ ਨਾਲ ਜੁੜੇ ਨੇ। ਸੋ ਆਪ ਸਭ ਦਾ ਬਹੁਤ ਸਾਰਾ ਧੰਨਵਾਦ। ਰੈਗੂਲਰ ਲਾਈਫ ਤੁਸੀਂ ਸਾਰੇ ਜਾਣਦੇ ਹੋ, ਮੋਰਨਿੰਗ ਟੂ ਈਵਨਿੰਗ ਉਹੀ ਬੋਰਿੰਗ ਲਾਈਫ ਹੁੰਦੀ ਹੈ, ਪਰ ਜਦੋਂ ਗੱਲ ਕਰੀਏ ਆਪਾਂ ਗੋ ਐਕਸਲ ਲਾਈਫ ਦੀ, ਤਾਂ ਲਾਈਫ ਦੇ ਵਿੱਚ ਹੈਪੀਨੈਸ ਵਾਲੀ ਗੱਲ ਹੁੰਦੀ ਹੈ ਅਤੇ ਆਪਣੇ ਆਪ ਦਾ ਜਿਹੜਾ ਪੈਸ਼ਨ ਹੁੰਦਾ ਉਹ ਫੋਲੋ ਕਰਨ ਦੀ ਗੱਲ ਚੱਲਦੀ। ਨੋ ਕੰਪਰੋਮਾਈਜ਼ ਵਾਲੀ ਲਾਈਫ, ਖੁੱਲ੍ਹ ਕੇ ਜੀਣ ਵਾਲੀ ਲਾਈਫ ਅਤੇ ਹੈਪੀਨੈਸ ਵਾਲੀ ਲਾਈਫ ਦੀ ਗੱਲ ਕਰਦੇ ਹਾਂ ਤਾਂ ਪ੍ਰੋ ਇਜ਼ ਗੋ ਐਕਸਲ ਸਾਡੇ ਨਾਲ ਹੁੰਦਾ। ਸੋ ਅੱਜ ਸ਼ੋਅ ਦੇ ਵਿੱਚ ਗੱਲ ਹੋਊਗੀ ਜੀ, ਜੇ ਆਪਾਂ ਲਾਈਫ ਦੀ ਗੱਲ ਕਰੀਏ ਤਾਂ ਪ੍ਰੋ ਇਜ਼ ਗੋ ਐਕਸਲ ਦੇ ਨਾਲ, ਕਿਉਂਕਿ ਰੈਗੂਲਰ ਲਾਈਫ ਇਜ਼ ਬੈਟਰ ਦੈਨ ਐਕਸਲ ਲਾਈਫ। ਸੋ ਸ਼ੁਰੂਆਤ ਕਰਦੇ ਹਾਂ ਜੀ ਪਹਿਲੇ ਬੱਚੇ ਦੇ ਨਾਲ। ਆਓ ਜੀ, ਮੇਰੇ ਵੱਲੋਂ ਰਣਬੀਰ ਜੀ ਸਤਿ ਸ਼੍ਰੀ ਅਕਾਲ। ਰਣਬੀਰ ਜੀ, ਕੋਈ ਨੀ ਕੋਈ ਨੀ ਕੋਈ ਨੀ ਕੋਈ ਨੀ, ਪਤਾ ਕਿ ਗਰਮੀ ਬੜੀ ਹੈ, ਨੌ ਉਲਟ ਫੁਲਟ ਚੱਲਣੇ ਅੱਜ। ਪਰ ਤੁਹਾਡੇ ਸਾਰਿਆਂ ਦਾ ਧੰਨਵਾਦ, ਇੰਨੀ ਗਰਮੀ ਦੇ ਵਿੱਚ ਤੁਸੀਂ ਖੜੇ ਹੋ, ਤੁਹਾਡੇ ਪਰਿਵਾਰ ਦੀਆਂ ਦੁਆਵਾਂ ਦੇ ਨਾਲ, ਆਸ਼ੀਰਵਾਦ ਨਾਲ ਸ਼ੋਅ ਚੱਲਦਾ, ਘੰਟਾ ਕਿੱਦਾਂ ਹੋਰ ਖੜ ਜਾਓ। ਬਹੁਤ ਬਹੁਤ ਮਿਹਰਬਾਨੀ। ਉਹਨੂੰ ਪੁੱਛਦੀ ਇਹਦਾ ਨਾਂ ਕੀ ਹੈ, ਉਹ ਪਿੱਛੇ ਵਾਲੇ ਨੂੰ ਪੁੱਛਦੇ ਨਾਂ ਕੀ ਆ ਤਾਂ ਗਿਆ, ਨਾਂ ਕੀ ਇਹਦਾ। ਮੇਰਾ ਨਾਂ ਰਵਨੀਤ ਹੈ ਜੀ। ਕੀ ਹੈ ਜੀ? ਰਵਨੀਤ। ਇਹਨੂੰ ਇਹਨੂੰ ਇਕੱਲੇ ਨੂੰ ਬੋਲਣ ਦਿਓ। ਕੀ ਹੈ ਜੀ? ਰਵਨੀਤ। ਬੜੀ ਬੜੀ ਮਿਹਰਬਾਨੀ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਂ ਜੀ ਤੁਹਾਡਾ? ਪਵਨਮ। ਹੈ ਜੀ, ਪਵਨਮ। ਪਵਨਮ, ਹਾਂਜੀ। ਅੱਛਾ ਜੀ, ਇੱਥੇ ਕਿਹੜਾ ਕੋਰਸ ਜੁਆਇਨ ਕੀਤਾ ਤੁਸੀਂ? ਕੀ ਪੜ੍ਹ? ਬੀਏ ਸੈਕੰਡ ਇਅਰ। ਬੀਏ ਸੈਕੰਡ ਇਅਰ, ਕਿਹੜੇ ਕਿਹੜੇ ਸਬਜੈਕਟ ਨੇ? ਫਿਲਾਸਫੀ, ਕੰਪਿਊਟਰ ਐਪਲੀਕੇਸ਼ਨ, ਹੋਮ ਸਾਇੰਸ। ਅੱਛਾ ਜੀ, ਕੀ ਸ਼ੌਂਕ ਨੇ ਹੋਰ? ਇੱਕ ਤਾਂ ਮੈਨੂੰ ਪਤਾ ਲੱਗ ਗਿਆ ਵੀ ਐਂ ਵਾਲਾ ਇਹ ਉਹ ਬੱਚੇ ਨੇ ਜਿਹੜੇ ਕਹਿੰਦੇ ਹੁੰਦੇ ਨੇ ਵੀ ਖੜ ਕੇ ਗੱਲ ਹੀ ਨਹੀਂ ਕਰਦੇ। ਪਰਿਵਾਰ 'ਚ ਕੌਣ ਕੌਣ ਤੁਹਾਡੇ? ਮੇਰੇ ਮੰਮੀ, ਪਾਪਾ, ਬ੍ਰਦਰ, ਮੈਂ। ਮੰਮੀ ਜੀ, ਪਾਪਾ ਜੀ, ਸੁਨੇਹਾ ਦੇਣਾ ਹੋਵੇ ਘਰਦਿਆਂ ਨੂੰ? ਬਾਬਲ ਤੇਰੀਆਂ ਗੁੱਡੀਆਂ ਮੇਰੇ ਘਰ ਰਹਿ ਗਈਆਂ, ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ, ਕਿਉਂਕਿ ਮੇਰੀ 23 ਤਰੀਕ ਨੂੰ ਮੈਰਿਜ ਆ ਨਵੰਬਰ ਦੀ। ਵਾਹ ਵਾਹ ਵਾਹ, ਮੰਮਾ ਪਾਪਾ ਨੂੰ ਬਹੁਤ ਮਿਸ ਕਰੂੰਗੀ। ਆਈ ਰੀਅਲੀ ਲਵ ਮੋਮ ਐਂਡ ਡੈਡ। ਅੱਛਾ, 23 ਤਰੀਕ ਨੂੰ ਵਿਆਹ ਰੱਖਿਆ ਫਿਰ? 23 ਨਵੰਬਰ ਨੂੰ। ਵਾਹ ਵਾਹ, ਸਾਰੇ ਪਹੁੰਚੋ ਜ਼ਰੂਰ ਜੀ। ਇਹ ਟੀਵੀ ਸੈੱਟ ਦੇ ਮੂਹਰੇ ਜਿੰਨੇ ਬੈਠੇ ਨੇ, 23 ਨਵੰਬਰ ਨੂੰ ਵਿਆਹ ਹੈ ਜੀ, ਤੇ ਕਿੱਥੇ ਰੱਖਿਆ ਜੀ? ਕਿੱਥੇ ਪਹੁੰਚਣਾ? ਕਿੱਥੇ ਜੀ? ਸ਼ਾਹਕੋਟ। ਸ਼ਾਹਕੋਟ ਪਹੁੰਚੋ। ਕੋਈ ਪੈਲਸ ਕਿਹੜਾ? ਮੋਮੀ ਪੈਲਸ। ਮੈਂ ਮੋਮੀ ਪੈਲਸ, ਜਿਹੜਾ ਵੀ ਪੈਲਸ ਹੈ ਜੀ, ਸਾਰੇ ਪਹੁੰਚੋ, ਵਧੀਆ ਇੰਤਜ਼ਾਮ ਹੋਏਗਾ। ਖਾਣ ਪੀਣ ਨੂੰ ਕੀ ਕੀ ਰੱਖਿਆ ਗਿਆ? ਬਹੁਤ ਕੁਛ ਹੈ ਜੀ। ਵਾਹ ਵਾਹ ਵਾਹ, ਮਰਜ਼ੀ ਜੀ। ਚਲੋ ਬਹੁਤ ਵਧੀਆ, ਸਾਰਿਆਂ ਨੂੰ ਇਨਵਾਈਟ ਆ ਮੇਰੇ ਵੱਲੋਂ। ਬਹੁਤ ਵਧੀਆ, ਸਾਰੀ ਜਨਤਾ ਨੇ ਆਉਣਾ, ਸਾਰੀ ਜਨਤਾ ਨੇ ਆਉਣਾ। ਥੈਂਕ ਯੂ ਸੋ ਮਚ। ਚਲੋ ਜੀ, ਪ੍ਰੋ ਇਜ਼ ਗੋ ਐਕਸਲ ਵੱਲੋਂ ਲਾਈਵ ਡਿਜੀਟਲੀ ਕੰਟੈਸਟ ਚੱਲ ਰਿਹਾ, ਨੰਬਰ ਦਿੱਤਾ ਹੋਇਆ ਜੀ 9667027703, ਇਹਨਾਂ ਨੰਬਰ ਦੇ ਉੱਤੇ ਤੁਸੀਂ ਮਿਸ ਕਾਲ ਕਰ ਸਕਦੇ ਹੋ।
ਰੈਂਡਮਲੀ ਜਿਹੜੇ ਵੀ ਕੋਡ ਉਹ ਆਉਣਗੇ ਜੀ ਪ੍ਰੋ ਇਸ ਦੀ ਟੀਮ ਕੋਲ, ਉਹਨਾਂ ਦੇ ਵਿੱਚੋਂ ਰੈਂਡਮਲੀ ਵਿਨਰਸ ਚੁਣੇ ਜਾਣਗੇ ਅਤੇ ਜਿਹੜੇ ਵੀ ਵਿਨਰਸ ਹੋਣਗੇ ਪ੍ਰੋ ਇਸ ਦੀ ਟੀਮ ਵੱਲੋਂ ਉਹਨਾਂ ਨੂੰ ਗਿਫਟ ਹੈਂਪਰ ਦਿੱਤੇ ਜਾਣਗੇ। ਸੋ ਤੁਸੀਂ ਫਟਾਫਟ ਇਸ ਕਾਲ ਦੇ ਉੱਤੇ ਮਿਸ ਕਾਲ ਕਰ ਸਕਦੇ ਹੋ ਜੀ ਇਸ ਨੰਬਰ ਦੇ ਉੱਤੇ, ਔਰ ਹਰੇਕ ਸੈਗਮੈਂਟ ਦੇ ਵਿੱਚ ਅਸੀਂ ਘੱਟੋ ਘੱਟ 5 ਵਿਨਰਸ ਚੁਣਾਂਗੇ। ਸੋ ਪਹਿਲੇ ਸੈਗਮੈਂਟ ਦੇ ਤੁਸੀਂ ਜਿਹੜੇ ਵਿਨਰਸ ਹੈਗੇ ਨੇ ਉਹ ਛੇਤੀ ਛੇਤੀ ਤੁਸੀਂ ਜੇ ਮਿਸ ਕਾਲ ਕਰੋਗੇ ਤਾਂ ਵਿਨਰਸ ਚੁਣੇ ਜਾਣਗੇ ਪ੍ਰੋ ਇਸ ਵੱਲੋਂ। ਸਰ ਇਹਨਾਂ ਦਾ ਬਹੁਤ ਸਾਰਾ ਧੰਨਵਾਦ। ਅਗਲਾ ਸਟੂਡੈਂਟ ਆਓ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਂ ਤੁਹਾਡਾ? ਜਸਮੀਤ ਕੌਰ। ਜਸਮੀਤ ਕੌਰ, ਤੁਹਾਡੀ ਲਾਈਫ ਦੀ ਹੈਪੀ ਐਕਸਲ ਮੂਮੈਂਟ ਜਦੋਂ ਤੁਸੀਂ ਬਹੁਤ ਖੁਸ਼ ਹੋਏ ਹੋਵੋ? ਸਰ ਲਾਸਟ ਮੰਥ ਹੀ ਮੇਰੇ ਮਾਮਾ ਜੀ ਦਾ ਬੇਟਾ ਹੋਇਆ, ਤੇ ਜਦੋਂ ਉਹਦਾ ਨਾਮ ਰੱਖਣ ਦੀ ਵਾਰੀ ਆਈ ਤੇ ਨਾਨੀ ਜੀ ਗੁਰਦੁਆਰੇ ਗਏ ਤੇ ਉਹਦਾ ਅੱਖਰ ਨਿਕਲਿਆ ਆਰ, ਤੇ ਸਭ ਤੋਂ ਪਹਿਲਾਂ ਮੈਨੂੰ ਤੁਹਾਡਾ ਹੀ ਨਾਂ ਅੱਖਾਂ ਮੁਰਿਆ, ਮੈਂ ਕਿਹਾ ਮੈਂ ਉਹਨਾਂ ਦਾ ਹੀ ਰੱਖਣਾ ਸਰ, ਆਮ ਬਿਗ ਫੈਨ ਆਫ ਯੂ। ਥੈਂਕ ਯੂ ਜੀ, ਥੈਂਕ ਯੂ। ਹੁਣ ਉਹਦਾ ਰਵਨੀਤ ਰੱਖਦਾ ਜੀ ਨਾਂ? ਹਾਂਜੀ ਸਰ। ਕਿਆ ਬਾਤ ਹੈ ਜੀ, ਕਿਆ ਬਾਤ, ਥੈਂਕ ਯੂ ਸੋ ਮਚ। ਸੋ ਤੁਹਾਡੇ ਮਾਮਾ ਜੀ ਦੇ ਬੇਟਾ ਹੋਇਆ, ਨਾਮ ਰੱਖਿਆ ਰਵਨੀਤ? ਹਾਂਜੀ ਸਰ। ਚਲੋ ਵਧੀਆ, ਸਿਆਣਾ ਸਾਊ ਹੋਊਗਾ, ਬਹੁਤ ਸ਼ਰਾਰਤੀ ਨਹੀਂ ਹੁੰਦਾ? ਨਹੀਂ, ਉਹ ਤੁਹਾਡੇ ਵਰਗਾ ਹੀ ਹੋਊਗਾ। ਬਹੁਤ ਬਹੁਤ ਮੁਬਾਰਕਾਂ ਸਾਰੇ ਪਰਿਵਾਰ ਨੂੰ, ਤੁਹਾਡੇ ਮਾਮਾ ਜੀ ਨੂੰ। ਥੈਂਕ ਯੂ ਸਰ। ਚੜ੍ਹਦੀ ਕਲਾ 'ਚ ਰਹੋ, ਪਰਿਵਾਰ ਹਮੇਸ਼ਾ ਖੁਸ਼ ਰਹੋ। ਕੀ ਪੇਸ਼ ਕਰੋਗੇ ਜੀ? ਸਰ ਮੇਰੀ ਤੁਹਾਡੇ ਨਾਲ ਰਿਕੁਐਸਟ ਹੈ, ਤੁਸੀਂ ਮੇਬੀ ਸੌਂਗ ਗਾਓਗੇ? ਮੇਬੀ? ਹਾਂਜੀ, ਉਹ ਸੁਣਾ ਦਿੰਦਾ। ਮੇਬੀ ਤੈਨੂੰ ਲਾਈਕ ਕਰਾਂ, ਮੇਬੀ ਤੈਨੂੰ ਲਾਈਕ ਕਰਾਂ, ਪਰ ਅਜੇ ਮੈਂ ਕਹਿੰਦੀ ਸ਼ੋਰ ਨਹੀਂ, ਉਹ ਗਹਿਰਾਈ ਉੱਤੇ ਫੋਕਸ ਹੈ, ਗਹਿਰਾਈ ਉੱਤੇ ਫੋਕਸ ਹੈ, ਮੇਰੇ ਤੇ ਕਰਦੀ ਹਾਏ, ਮੇਬੀ ਤੈਨੂੰ ਲਾਈਕ ਕਰਾਂ, ਮੇਬੀ ਤੈਨੂੰ ਲਾਈਕ ਕਰਾਂ, ਪਰ ਹਜੇ ਮੈਂ ਕਹਿੰਦੀ ਸ਼ੋਰ ਨਹੀਂ, ਨੀ ਪਰ ਹਜੇ ਮੈਂ ਕਹਿੰਦੀ ਸ਼ੋਰ ਨਹੀਂ, ਪਰ ਹਜੇ ਮੈਂ ਕਹਿੰਦੀ ਸ਼ੋਰ ਨਹੀਂ। ਥੈਂਕ ਯੂ। ਵਾਹ ਜੀ ਵਾਹ, ਪੰਜਾਬੀ ਮੁਟਿਆਰ, ਬਹੁਤ ਸੋਹਣਾ ਤੁਸੀਂ ਤਿਆਰ ਹੋ ਕੇ ਆਏ ਹੋ, ਬਹੁਤ ਸੋਹਣਾ ਪਹਿਰਾਵਾ। ਕੀ ਨਾਮ ਤੁਹਾਡਾ? ਅਮਨਦੀਪ ਕੌਰ। ਅਮਨਦੀਪ ਕੌਰ, ਕਿੱਥੋਂ ਬਿਲੋਂਗ ਕਰਦੇ ਹੋ ਜੀ? ਸਰ ਵੈਸੇ ਮੇਰੇ ਪੇਕੇ ਇੱਥੇ ਆ ਤੇ ਸਹੁਰੇ ਮੇਰੇ ਸ਼ਾਹਕੋਟਾ। ਅੱਛਾ, ਸਹੁਰੇ ਸ਼ਾਹਕੋਟ ਹੈ, ਪੇਕੇ ਇੱਥੇ ਹੈ। ਹਾਂਜੀ, ਚਲੋ ਵਧੀਆ, ਵਿਆਹੇ ਗਏ ਸ਼ਾਹਕੋਟ, ਵਿਆਹੇ। ਹਾਂਜੀ ਸਰ। ਚਲੋ ਬਹੁਤ ਵਧੀਆ। ਭਾਜੀ ਕੀ ਕਰਦੇ ਆ ਜੀ? ਸਰ ਉਹਨਾਂ ਦਾ ਕਾਪੀਰਾਈਟ ਦਾ ਕੰਮ ਆ। ਅੱਛਾ, ਕਾਪੀਰਾਈਟ ਦਾ ਕੰਮ ਹੈ? ਹਾਂਜੀ ਸਰ। ਅੱਛਾ ਅੱਛਾ ਅੱਛਾ, ਮਤਲਬ ਕਾਪੀ ਚੱਕ ਕੇ ਰਾਈਟ ਕਰਨਾ? ਨਹੀਂ ਸਰ, ਹਰੇਕ ਪੇਜ ਤੇ ਟੀ ਕਰ, ਰਾਈਟ ਕਾਪੀ, ਅਗਲਾ ਪੇਜ ਕਾਪੀ ਤੇ ਰਾਈਟ, ਮਤਲਬ ਕਾਪੀਰਾਈਟ। ਹਾਂਜੀ ਸਰ, ਇਹੀ ਸਮਝ ਲਓ। ਨਹੀਂ ਨਹੀਂ, ਬਹੁਤ ਵਧੀਆ। ਕੀ ਨਾਮ ਭਾਜੀ ਉਹਨਾਂ ਦਾ? ਉਹਨਾਂ ਦਾ ਨਾਮ ਲਖਵੀਰ ਸਿੰਘ ਹੈ। ਲਖਵੀਰ ਸਿੰਘ ਜੀ, ਹਾਂਜੀ। ਚਲੋ, ਕਦੋਂ ਹੋਇਆ ਵਿਆਹ? 8 ਸਾਲ ਹੋ ਗਏ ਆ ਵਿਆਹ ਨੂੰ, ਮੇਰੇ 2 ਬੇਬੀ ਵੀ ਆ। ਅੱਛਾ ਜੀ, ਵਾਹ ਜੀ ਵਾਹ। ਬੱਚਿਆਂ ਦਾ ਕੀ ਨਾਮ ਹੈ ਜੀ? ਸਰ ਇੱਕ ਬੇਬੀ ਦਾ ਮੇਰੇ ਨਾਲ ਆਇਆ ਹੋਇਆ ਇੱਥੇ। ਅੱਛਾ, ਇੱਕ ਬੇਬੀ ਨਾਲ ਆਇਆ, ਦੂਜਾ ਬੇਬੀ ਘਰ ਵਾਲੇ ਦੇ ਨਾਲ ਗਿਆ? ਨਹੀਂ ਨਹੀਂ, ਮੈਂ ਸਰ ਆਪਣੇ ਨਾਨਕੇ ਛੱਡ ਕੇ ਆਈ ਹੋਈ ਹਾਂ। ਉਹ ਨਾਨਕੇ ਕਿੱਥੇ ਬੇਬੀ ਤੁਹਾਡਾ? ਆ ਵੀ ਬੇਬੀ, ਕੀ ਹਾਲ ਚਾਲ? ਵਧੀਆ ਵਧੀਆ। ਡੈਡੀ ਵਧੀਆ ਕਿ ਮੰਮੀ? ਮੰਮੀ ਵਧੀਆ। ਉਹ ਮੰਮੀ ਨਾਲ ਲੈ ਕੇ, ਮੰਮੀ ਆਪੇ ਵਧੀਆ ਹੋਣੀ। ਡੈਡੀ ਕਿੱਥੇ ਹੈ? ਸ਼ਾਕੋਟ। ਕੀ ਖਾਦਾ ਅੱਜ ਸਵੇਰੇ? ਰੋਟੀ। ਰੋਟੀ ਕਿਹਨੇ ਬਣਾਈ ਸੀ? ਹੁਣ ਫਸਿਆ ਕੰਮ, ਰੋਟੀ ਕਿਹਨੇ, ਡੈਡੀ ਨੇ ਬਣਾਈ ਸੀ? ਹਾਂ, ਮੰਮਾ ਕੋਲ ਲੈ ਕੇ ਆਏ। ਅੱਛਾ, ਮੰਮਾ ਤੋਂ ਲੈ ਕੇ ਆਏ। ਚਲੋ ਬਹੁਤ ਵਧੀਆ, ਪਾਰੀ ਕਰਦੇ ਫਿਰ ਇੱਕ ਕਰਦੇ ਕਰਦੇ। ਇਹ ਹੈ ਜਿੱਦੀ ਜਵਾਬ, ਪਾਰੀ ਕਰ ਲਓ। ਚਲੋ ਬਹੁਤ ਵਧੀਆ, ਗੋਡ ਬੈਸ ਯੂ, ਗੋਡ ਬੈਸ ਯੂ। ਕੀ ਪੇਸ਼ ਕਰੋਗੇ ਜੀ? ਮੈਂ ਟੰਗ ਟਵਿਸਟਰ ਬੋਲਣਾ ਆ, ਤੇ ਮੇਰੇ ਤੋਂ ਬਾਅਦ ਤੁਸੀਂ ਵੀ ਬੋਲਣਾ ਆ, ਸੇਮ ਟੂ ਸੇਮ, ਇੱਕੋ ਸਾਥ, ਇੱਕੋ ਸਾਥ। ਹਾਂਜੀ, ਹੁਣ ਬੋਲੋ ਜੀ। ਨਾਲੀ ਵਿੱਚ ਲੀਰ ਰੁੜੇ ਰੁੜ ਲੀਰੇ ਰੁੜ, ਨਾਲੀ ਵਿੱਚ ਲੀਰ ਰੁੜੇ ਰੁੜ ਲੀਰੇ ਰੁੜ, ਨਾਲੀ ਵਿੱਚ ਲੀਰ ਰੁੜੇ ਰੁੜ ਲੀਰੇ ਰੁੜ। ਵਾਹ ਜੀ ਵਾਹ, ਤੁਸੀਂ ਵੀ ਬੋਲੋ ਹੁਣ ਮੇਰੇ ਨਾਲ। ਨਾਲੀ ਵਿੱਚ ਲੀਰ ਰੁੜੇ ਰੁੜ ਲੀਰੇ ਰੁੜ ਲੀਰੇ ਰੁੜ। ਨਾਲੀ ਵਿੱਚ ਲੀਰ ਰੁੜੇ ਰੁੜ ਲੀਰੇ ਰੁੜ, ਵੇਖੋ ਇੱਕੋ ਸਾਥ। ਬਹੁਤ ਵਧੀਆ, ਧੰਨਵਾਦ, ਗੋਡ ਬਲੈਸ ਯੂ। ਸਾਰੇ ਪਰਿਵਾਰ ਤੇ ਪਰਮਾਤਮਾ ਮੇਰੇ ਪਰ ਹੱਥ ਰੱਖੇ। ਚਲੋ ਜੀ, ਇਸ ਪਰਫੋਰਮੈਂਸ ਤੋਂ ਬਾਅਦ ਬੱਚਿਆਂ ਦੇ ਵਿੱਚ ਬਹੁਤ ਟੈਲੈਂਟ ਹੈ ਇਸ ਕਾਲਜ ਦੇ। ਲਾਈਵ ਡਿਜੀਟਲ ਕੰਟੈਸਟ ਜਿਹੜਾ ਕਿ ਪ੍ਰੋਇਸ ਕੋ ਐਕਸਲ ਵੱਲੋਂ ਚੱਲ ਰਿਹਾ, ਮਿਸ ਕਾਲਸ ਆ ਗਈਆਂ ਨੇ 9667702703 ਦੇ ਉੱਤੇ, ਔਰ ਜਿਹੜੇ ਰੈਂਡਮਲੀ ਵਿਨਰਸ ਚੁਣੇ ਗਏ ਨੇ ਕੋਡ ਰਾਹੀਂ, ਉਹ ਪ੍ਰੋਇਸ ਦੇ ਜਿਹੜੇ ਮੈਡਮ ਹੈਗੇ ਨੇ ਉਹ ਸਾਡੇ ਵਿੱਚ ਆ ਗਏ ਨੇ। ਆਓ ਜੀ, ਆਓ ਆਓ, ਸਾਡੇ ਸਪੋਂਸਰ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਠੀਕ ਠਾਕ ਜੀ? ਹਾਂਜੀ ਸਰ। ਬੜੇ ਵਧੀਆ। ਖਾਧਾ ਪੀਤਾ ਕੁਛ? ਹਾਂਜੀ ਹਾਂਜੀ। ਕੀ? ਚਲੋ ਖਾਧਾ ਹੋਣਾ ਕੁਛ? ਸੈਂਡਵਿਚ ਕਰਦੇ। ਵੈਲ ਸੈਂਡਵਿਚ। ਫਸਟ ਰਾਊਂਡ ਡਿਜੀਟਲ ਲਾਈਵ ਕੰਟੈਸਟ ਦੇ ਫਸਟ ਵਿਨਰ ਪਲੀਜ਼ ਆਪਣਾ ਗਿਫਟ ਹੈਂਪਰ ਰਿਸੀਵ ਕਰ ਲੈ। ਪ੍ਰੋਇਸ ਕੋ ਐਕਸਲ ਦੇ ਜੋ ਵਿਨਰਸ
ਹੈ ਸਭ ਨੂੰ ਮੇਰੇ ਵੱਲੋਂ ਮੁਬਾਰਕਾਂ ਤੇ ਸੈਕਿੰਡ ਰਾਊਂਡ ਦੇ ਲਈ ਤੁਸੀਂ ਮਿਸ ਕਾਲ ਕਰ ਸਕਦੇ ਹੋ ਜਿਨ੍ਹਾਂ ਨੇ ਮਿਸ ਕਾਲ ਨਹੀਂ ਕੀਤੀ ਪ੍ਰੋਇਸ ਦੇ ਇਸ ਨੰਬਰ ਤੇ ਤੁਸੀਂ ਮਿਸ ਕਾਲ ਕਰ ਸਕਦੇ ਹੋ ਗਿਫਟ ਹੈਂਪਰਸ ਲੈ ਸਕਦੇ ਹੋ ਥੈਂਕ ਯੂ ਮੈਮ ਥੈਂਕ ਯੂ ਤੁਹਾਡਾ ਤੁਸੀਂ ਗਿਫਟ ਹੈਂਪਰਸ ਦਿੱਤੇ ਪ੍ਰੋਇਸ ਟੀਮ ਵੱਲੋਂ ਸਾਰੇ ਵਿਨਰਸ ਨੂੰ ਇੱਕ ਵਾਰ ਮੇਰੇ ਵੱਲੋਂ ਵੀ ਬਹੁਤ ਸਾਰੀਆਂ ਮੁਬਾਰਕਾਂ ਕੰਗ੍ਰੈਚੁਲੇਸ਼ਨਸ ਸੈਕਿੰਡ ਸੈਗਮੈਂਟ ਦੇ ਵਿੱਚ ਫਿਰ ਡਿਜੀਟਲ ਲਾਈਵ ਕੰਟੈਸਟ ਹੋਊਗਾ ਜਿਨ੍ਹਾਂ ਨੇ ਮਿਸ ਕਾਲ ਨਹੀਂ ਕੀਤੀ 9667702700 ਦਿਨ ਦੇ ਉੱਤੇ ਤੁਸੀਂ ਮਿਸ ਕਾਲ ਕਰ ਸਕਦੇ ਹੋ ਰੈਂਡਮਲੀ ਜਿਹੜੇ ਵਿਨਰਸ ਹੋਣਗੇ ਜਿਨ੍ਹਾਂ ਦੇ ਕੋਡਸ ਪ੍ਰੋਇਸ ਦੀ ਟੀਮ ਸਿਲੈਕਟ ਕਰਦੀ ਹੈ ਉਹਨਾਂ ਨੂੰ ਗਿਫਟ ਹੈਂਪਰ ਦਿੱਤੇ ਜਾਣਗੇ ਸੋ ਅਗਲੇ ਕੰਟੈਸਟੈਂਟ ਨੂੰ ਅਗਲੇ ਇਸ ਕਾਲਜ ਦੇ ਬੱਚੇ ਨੂੰ ਅਸੀਂ ਸੱਦਾ ਦਿੰਦੇ ਹਾਂ ਆਓ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਹੁਤ ਸੋਹਣੇ ਲੱਗ ਰਹੇ ਹੋ ਜੀ ਥੈਂਕ ਯੂ ਕੀ ਨਾਮ ਤੁਹਾਡਾ ਮੇਰਾ ਨਾਮ ਨਵਜੋਤ ਕੌਰ ਓਕੇ ਇੱਥੇ ਕਿਹੜੇ ਕੋਰਸ ਦੇ ਵਿੱਚ ਤੁਸੀਂ ਦਾਖਲਾ ਲਿਆ ਮੈਂ ਐਮ ਏ ਪੰਜਾਬੀ ਫਸਟ ਈਅਰ ਦੀ ਸਟੂਡੈਂਟ ਹਾਂ ਵਾਹ ਵਾਹ ਪੰਜਾਬੀ ਸਾਡੀ ਮਾਂ ਬੋਲੀ ਬਹੁਤ ਬਹੁਤ ਵਧੀਆ ਲੱਗਦਾ ਮੈਨੂੰ ਹਾਂ ਜੀ ਮੇਰਾ ਫੇਵਰਟ ਸਬਜੈਕਟ ਪੰਜਾਬੀ ਕੀ ਬਾਤ ਹੈ ਕਿ ਸਾਨੂੰ ਮਾਣ ਹੋਣਾ ਚਾਹੀਦਾ ਆਪਣੀ ਮਾਂ ਬੋਲੀ ਦੇ ਉੱਤੇ ਪੰਜਾਬ ਦੇ ਉੱਤੇ ਕੀ ਪੇਸ਼ ਕਰੋਗੇ ਜੀ ਸਾਡਾ ਗਰੁੱਪ ਆ ਲੋਕ ਗੀਤ ਤੇ ਉਸ ਤੋਂ ਬਾਅਦ ਸੁਹਾਗ ਘੋੜੀਆਂ ਟੱਪੇ ਬੋਲੀਆਂ ਪੇਸ਼ ਕਰਾਂਗੇ ਵਾਹ ਜੀ ਵਾਹ ਜ਼ਰੂਰ ਤੁਸੀਂ ਗਰੁੱਪ ਨੂੰ ਸੱਦੋ ਸੋ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਜਿਵੇਂ ਜਿਹੜੇ ਬੱਚੇ ਹੈਗੇ ਨੇ ਯੋ ਵਾਲੇ ਪਾਸੇ ਜ਼ਿਆਦਾ ਨੇ ਵੈਸਟਰਨ ਸੌਂਗ ਤੁਸੀਂ ਸੁਣਦੇ ਹਾਂ ਸੋ ਇਸ ਕਾਲਜ ਦੇ ਵਿੱਚ ਬੱਚੀਆਂ ਸੁਹਾਗ ਘੋੜੀਆਂ ਟੱਪੇ ਜਿਹੜੇ ਪੰਜਾਬ ਦੇ ਪੁਰਾਣੇ ਰੰਗ ਨੇ ਉਹ ਪੇਸ਼ ਕਰਨਗੀਆਂ ਸੋ ਇਹ ਵਧਾਈ ਦੀਆਂ ਪਾਤਰ ਨੇ ਔਰ ਇਹਨਾਂ ਦੇ ਨਾਲ ਜਿਹੜੇ ਅਧਿਆਪਕ ਸਹਿਬਾਨ ਇੱਥੇ ਇਹਨਾਂ ਨੂੰ ਪੜ੍ਹਾਉਂਦੇ ਨੇ ਉਹ ਵੀ ਵਧਾਈ ਦੇ ਪਾਤਰ ਨੇ ਔਰ ਮਾਣ ਵਾਲੀ ਗੱਲ ਹੈ ਕਿ ਬੱਚੇ ਪੰਜਾਬੀ ਨਾਲ ਜੁੜੇ ਹੋਏ ਨੇ ਐਮ ਏ ਪੰਜਾਬੀ ਦੀ ਸਟੂਡੈਂਟ ਸੀਗੀ ਰੂਟਸ ਨਾਲ ਜੁੜੇ ਹੋਏ ਨੇ ਔਰ ਆਪਣੇ ਜਿਹੜੇ ਪੁਰਾਣੇ ਰੰਗ ਨੇ ਜਿਹੜੇ ਭੁੱਲਦੇ ਜਾ ਰਹੇ ਅਸੀਂ ਉਹਨਾਂ ਨੂੰ ਪੇਸ਼ ਕਰਨਗੇ ਸੋ ਜ਼ੋਰਦਾਰ ਤਾੜੀਆਂ ਗਰੁੱਪ ਨੂੰ ਸੋ ਹਾਂਜੀ ਪਹਿਲਾਂ ਗੱਲ ਉਹਨਾਂ ਇਕੱਲਿਆਂ ਨਾਲ ਹੋਈ ਸੀਗੀ ਫਿਰ ਕਹਿੰਦੇ ਗਰੁੱਪ ਆਉਣਾ ਐਸਾ ਗਰੁੱਪ ਆਇਆ ਵੀ ਮੈਂ ਤਾਂ ਸਾਈਡ 'ਤੇ ਹੋ ਗਿਆ ਸੋ ਇਹ ਘੋੜੀਆਂ ਇਹ ਸੁਹਾਗ ਇਹ ਟੱਪੇ ਵਿਆਹ ਤੋਂ ਪਹਿਲਾਂ ਜਦੋਂ ਹਾਂਜੀ ਲੋਕ ਗੀਤ ਹਾਂਜੀ ਹਾਂਜੀ ਇਹ ਮੈਨੂੰ ਤਾਂ ਬੋਲਣ ਨਹੀਂ ਦਿੰਦੇ ਗਰੁੱਪ ਹੀ ਤਗੜਾ ਤੁਹਾਨੂੰ ਕਿਹਾ ਇਹ ਪੁਰਾਣੇ ਸਮੇਂ ਦੇ ਵਿੱਚ ਵਿਆਹ ਜਦੋਂ ਹੁੰਦੇ ਸੀਗੇ ਤਾਂ ਰਿਸ਼ਤੇਦਾਰ 8-8 ਦਿਨ 10-10 ਦਿਨ ਪਹਿਲਾਂ ਚੱਲ ਜਾਂਦੇ ਸੀਗੇ ਅਤੇ ਜਿਹੜੀਆਂ ਫਿਰ ਭੈਣਾਂ ਭਰਜਾਈਆਂ ਹੋਰ ਚਾਚੀਆਂ ਤਾਈਆਂ ਉਹ ਫਿਰ ਘੋੜੀਆਂ ਸੁਹਾਗ ਗਾਉਂਦੀਆਂ ਸੀ ਹੁਣ ਤਾਂ ਇੱਕ ਦਿਨ ਦਾ ਵਿਆਹ ਰਹਿ ਗਿਆ ਅਗਲੇ ਫੋਨ ਕਰਕੇ ਪੈਲਸ 'ਚ ਜਾਂਦੇ ਆ ਸ਼ਾਮਾਂ ਨੂੰ ਆ ਜਾਂਦੇ ਆ ਅਤੇ ਪਰ ਮੈਨੂੰ ਇਹ ਵੀ ਜਿੱਦਣ ਜਦੋਂ ਮੇਰਾ ਵਿਆਹ ਹੋਊਗਾ ਮੈਂ ਸਾਰਾ ਗਰੁੱਪ 'ਤੇ ਸੱਦੂੰਗਾ ਇਹ ਰੌਣਕ ਵਧੀਆ ਲਾਉਣਗੇ ਠੀਕ ਹੈ ਜੀ ਬਹੁਤ ਵਧੀਆ ਬਹੁਤ ਵਧੀਆ ਚਲੋ ਜੀ ਸ਼ਾਬਾਸ਼ ਸਭ ਤੋਂ ਪਹਿਲਾਂ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਲੋਕ ਗੀਤ ਉਸ ਤੋਂ ਬਾਅਦ ਸੁਹਾਗ ਫਿਰ ਘੋੜੀ ਵਾਹ ਜੀ ਵਾਹ ਵਾਹ ਮੱਖਣ ਤੇ ਸੰਧੂਰ ਰੰਗ ਮਾਈਏ ਦਾ ਲੋਕ ਗੀਤ ਹੁਣ ਅਸੀਂ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਸੁਹਾਗ ਨਿਕੜੀ ਸੂਹੀ ਵਟ ਮਾਤਾ ਗਾ ਬੈਠ ਕੇ ਸੀਧਾ ਕੱਢ ਰਹੀਆਂ ਆਉਂਦੇ ਜਾਂਦੇ ਰਾਹੀ ਪੁੱਛਦੇ ਤੂੰ ਕਿਉਂ ਵੀ ਬਾਹਰ ਰੋ ਰਹੀਆਂ ਬਾਬਲ ਮੇਰੇ ਕਾਜਰ ਜਾਇਆ ਮੈਂ ਪਰਦੇਸਣ ਹੋ ਰਹੀਆਂ ਨਿਕੜੀ ਸੂਈ ਵਟ ਮਾਤਾ ਗਾ ਬੈਠ ਕੇ ਸੀਧਾ ਕੱਢ ਰਹੀਆਂ ਆਉਂਦੇ ਜਾਂਦੇ ਰਾਹੀ ਪੁੱਛਦੇ ਤੂੰ ਕਿਉਂ ਵੀ ਬਾਹਰ ਰੋ ਰਹੀਆਂ ਘੋੜੀ ਜਿਹੜੀ ਕਿ ਮੁੰਡੇ ਦੇ ਵਿਆਹ ਤੇ ਗਾਈ ਜਾਂਦੀ ਆ ਘੋੜੀ ਤੇਰੀ ਵੀਰ ਨਾ ਵੇਸ ਢੀਲ ਦੀ ਬਣੀ ਘੋੜੀ ਤੇਰੀ ਵੀਰ ਨਾ ਵੇਸ ਢੀਲ ਦੀ ਬਣੀ ਉੱਤੇ ਬਹਿ ਜਾ ਵੀਰ ਨਾ ਵੇ ਸ਼ਕੀਨ ਬਣ ਕੇ ਉੱਤੇ ਬਹਿ ਜਾ ਵੀਰ ਨਾ ਵੇ ਸ਼ਕੀਨ ਬਣ ਕੇ ਜੀਜਾ ਤੇਰਾ ਵੀਰ ਨਾ ਅੱਜ ਰੁੱਸੇ ਆ ਫਿਰੇ ਜੀਜਾ ਤੇਰਾ ਵੀਰ ਨਾ ਅੱਜ ਰੁੱਸੇ ਆ ਫਿਰੇ ਵੇ ਮਨਾ ਲੈ ਵੀਰ ਨਾ ਜੰਜ ਸੋਹਣੀ ਸਜੇ ਵੇ ਮਨਾ ਲੈ ਵੀਰ ਨਾ ਜੰਜ ਸੋਹਣੀ ਸਜੇ ਘੋੜੀ ਤੇਰੀ ਵੀਰ ਨਾ ਵੇ ਸਟੀਲ ਦੀ ਬਣੀ ਘੋੜੀ ਤੇਰੀ ਵੀਰ ਨਾ ਵੇ ਸਟੀਲ ਦੀ ਬਣੀ ਟੱਪੇ ਟੱਪੇ ਆਦੀ ਦੇ ਵਾਰੀ ਟੱਪੇ ਟੱਪੇ ਆਦੀ ਦੇ ਵਾਰੀ ਕੁੜੀਆਂ ਨਕੋਦਰ ਸ਼ਹਿਰ ਦੀ ਟੱਪੇ ਆ
ਲੋ ਜੀ ਹੁਣ ਵਕਤ ਹੈ ਕਿ ਛੋਟੇ ਜਿਹੇ ਬ੍ਰੇਕ ਦਾ ਤੁਸੀਂ ਟੱਪੇ ਇੰਜੋਏ ਕਰ ਰਹੇ ਹੋ ਕੰਟੀਨਿਊ ਮਡੀਰ ਇਜ਼ ਬ੍ਰੋਟ ਟੂ ਯੂ ਬਾਏ ਪ੍ਰੋ ਇਜ਼ ਗੋ ਐਕਸਲ ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸੁਣਦੇ ਤੁਹਾਡੇ ਆਪਣੇ ਫੇਵਰੇਟ ਸ਼ੋਅ ਕੰਟੀਨਿਊ ਮਡੀਰ ਦੇ ਵਿੱਚ ਸਪੈਸ਼ਲ ਐਪੀਸੋਡ ਤੁਸੀਂ ਇੰਜੋਏ ਕਰ ਰਹੇ ਹੋ ਕੰਟੀਨਿਊ ਮਡੀਰ ਸਪੈਸ਼ਲ ਐਪੀਸੋਡ ਇਜ਼ ਬ੍ਰੋਟ ਟੂ ਯੂ ਬਾਈ ਪ੍ਰੋ ਇਜ਼ ਗੋ ਐਕਸਲ ਅਗਲੇ ਬੱਚੇ ਨੂੰ ਮੈਂ ਸੱਦਾ ਦੇਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਤੁਹਾਡਾ ਗਗਨਦੀਪ ਕੌਰ ਸਰ ਗਗਨਦੀਪ ਕੌਰ ਹਾਂਜੀ ਸਰ ਕੀ ਸੁਣਾਓਗੇ ਜੀ ਸਰ ਮੈਂ ਇੱਕ ਸਾਹ ਦੇ ਵਿੱਚ ਟੰਗ ਟਵਿਸਟਰ ਬੋਲੂੰਗੀ ਇੱਕੋ ਸਾਹ 'ਚ ਹਾਂਜੀ ਟੰਗ ਟਵਿਸਟਰ ਹਾਂਜੀ ਇੱਕੋ ਹੀ ਸਾਹ 'ਚ ਬੱਚੋ ਤੁਸੀਂ ਵੀ ਬੋਲਣਾ ਸਰ ਦੂਜਾ ਸਾਹ ਵੀ ਆਵੇ ਨਾ ਚਲੋ ਠੀਕ ਹੈ ਇੱਕੋ ਦੂਜਾ ਸਾਹ ਨਹੀਂ ਆਉਣਾ ਚਾਹੀਦਾ ਹਾਂਜੀ ਸਰ पीतल के पतीले में पपीता पीला पीला पीतल के पतीले में पपीता पीला पीला पांच बारी बोलो हाँ जी पीतल के पतीले चलो कोई नहीं पीतल के पतीले में पपीता पीला पीला 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 पीतल ਚੜ੍ਹਦੀ ਕਲਾ ਚ ਰਹੋ ਖੁਸ਼ ਰਹੋ ਪਰਮਾਤਮਾ ਤੰਦਰੁਸਤੀ ਦੇਵੇ ਦੋਵੇਂ ਭੈਣ ਭਰਾਵਾਂ ਨੂੰ ਖੁਸ਼ ਰਹੋ ਚੜ੍ਹਦੀ ਕਲਾ ਚ ਰਹੋ ਥੈਂਕ ਯੂ ਸੋ ਮਚ ਵੀਰਿਆ ਥੈਂਕ ਯੂ ਸੋ ਮਚ ਕਿਰਪਾ ਕਿਰਪਾ ਵਾਹਿਗੁਰੂ ਜੀ ਤੁਸੀਂ ਸੁਣਾਓ ਚਾਹੀਦੀ ਆ ਤੁਸੀਂ ਸੁਣਾਓ ਜੀ ਵਧੀਆ ਬਹੁਤ ਸੋਹਣਾ ਸੂਟ ਬਹੁਤ ਸੋਹਣੇ ਚੰਗੇ ਪੰਜਾਬੀ ਪਹਿਰਾਵੇ ਦੇ ਵਿੱਚ ਬਹੁਤ ਵਧੀਆ ਮੈਨੂੰ ਬਹੁਤ ਪਸੰਦ ਆ ਪੰਜਾਬੀ ਪਹਿਰਾਵਾ ਬਹੁਤ ਵਧੀਆ ਬਹੁਤ ਚੰਗਾ ਲੱਗਿਆ ਇੱਥੋਂ ਦੀਆਂ ਕੁੜੀਆਂ ਨਾਲ ਗੱਲਾਂ ਬਾਤਾਂ ਕਰਕੇ ਉਹਨਾਂ ਦੇ ਗੀਤ ਸੁਣ ਕੇ ਬਹੁਤ ਚੰਗਾ ਲੱਗਿਆ ਕਿ ਉਹ ਹਜੇ ਵੀ ਸੱਭਿਆਚਾਰ ਨਾਲ ਜੁੜੀਆਂ ਹੋਈਆਂ ਪੰਜਾਬੀ ਸੂਟ ਨੂੰ ਪਸੰਦ ਕਰਦੀਆਂ ਬਹੁਤ ਵਧੀਆ ਹੋਰ ਦੱਸੋ ਤੁਹਾਡੀ ਫੈਮਿਲੀ ਠੀਕ ਸੀ ਸਾਰੇ ਠੀਕ ਠਾਕ ਜੀ ਚਲੋ ਵਧੀਆ ਚਾਹੀਦਾ ਹਾਂਜੀ ਹਾਂਜੀ ਸਭ ਪਹਿਲੀ ਕੁੜੀ ਨੇ ਪੁੱਛਿਆ ਵੀ ਪਰਿਵਾਰ ਕਿੱਦਾਂ ਬਈ ਬਹੁਤ ਵਧੀਆ ਬਹੁਤ ਵਧੀਆ ਕੀ ਪੇਸ਼ ਕਰੋਗੇ ਮੈਂ ਡਾਂਸ ਕਿਹੜੇ ਗਾਣੇ ਤੇ ਜੀ ਨੱਚਲੇ ਸੋਹਣਿਆ ਵੀ ਚਲੋ ਜੀ ਸੈਕਿੰਡ ਸੈਗਮੈਂਟ ਚੱਲ ਰਿਹਾ ਸੈਕਿੰਡ ਸੈਗਮੈਂਟ ਦੇ ਵਿੱਚ ਲਾਈਵ ਡਿਜੀਟਲ ਜਿਹੜਾ ਕੰਟੈਕਟ ਹੁੰਦਾ 9667-702-703 ਪ੍ਰੋ ਇਜ਼ ਗੋ ਐਕਸਲ ਵੱਲੋਂ ਤੁਸੀਂ ਮਿਸ ਕਾਲ ਕਰ ਦਿਓ ਜਿਹਨੇ ਨਹੀਂ ਕੀਤੀ ਲੱਕੀ ਵਿਨਰਸ ਨੂੰ ਪ੍ਰੋ ਇਜ਼ ਟੀਮ ਵੱਲੋਂ ਰੈਂਡਮਲੀ ਗਿਫਟ ਦਿੱਤੇ ਜਾਣਗੇ ਵਿਨਰਸ ਜਿਵੇਂ ਪਹਿਲੇ ਸੈਗਮੈਂਟ ਦੇ ਵਿੱਚ ਚੁਣੇ ਗਏ ਸੀ ਦੂਜੇ 'ਚ ਵੀ ਚੁਣੇ ਜਾਣਗੇ ਇਸ ਤੋਂ ਬਾਅਦ ਤੀਜੇ 'ਚ ਵੀ ਚੁਣੇ ਜਾਣਗੇ ਅਗਲੇ ਬੱਚੇ ਨੂੰ ਬੁਲਾਉਂਦੇ ਹਾਂ ਜੀ ਆਓ ਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਵਧੀਆ ਠੀਕ ਹੈ ਤੁਹਾਡਾ ਕੀ ਨਾਂ ਜੀ ਰੂਪਾਲੀ ਰੂਪਾਲੀ ਜੀ ਤੁਹਾਡੀ ਜ਼ਿੰਦਗੀ ਦਾ ਹੈਪੀ ਐਕਸਲ ਮੂਮੈਂਟ ਜੀ ਸਰ ਮੈਂ ਫਸਟ ਟਾਈਮ ਕਾਲਜ ਵਿੱਚ ਕ੍ਰਿਸ਼ਨ ਬਣ ਕੇ ਗੋਪੀਆਂ ਦੇ ਨਾਲ ਡਾਂਸ ਕੀਤਾ ਸੀ ਉਹ ਸਾਰ ਨਾਲ ਵਧੀਆ ਸੀ ਮੇਰੇ ਲਈ ਚਲੋ ਬਹੁਤ ਵਧੀਆ ਜੀ ਚੜ੍ਹਦੀ ਕਲਾ ਚ ਰਹੋ ਖੁਸ਼ ਰਹੋ ਕੀ ਪੇਸ਼ ਕਰੋਗੇ ਜੀ ਡਾਂਸ ਡਾਂਸ ਕਿਹੜੇ ਗਾਣੇ ਤੇ ਜੀ ਪਾਗਲ ਸੌਂਗ ਫਰੋਮ ਬਾਦਸ਼ਾਹ ਪਾਗਲ ਸੌਂਗ ਫਰੋਮ ਬਾਦਸ਼ਾਹ ਫਰੋਮ ਬਾਦਸ਼ਾਹ ਜੀ ਅੱਛਾ ਜੀ ਕੈਸਾ ਟਾਈਮ ਆ ਗਿਆ ਪਹਿਲਾਂ ਜੇ ਕਿਸੇ ਨੂੰ ਕੋਈ ਪਾਗਲ ਕਹਿੰਦਾ ਸੀ ਅੱਗੋਂ ਪੈ ਜਾਂਦੇ ਸੀ ਵੀ ਤੂੰ ਮੈਨੂੰ ਪਾਗਲ ਕਿਹਾ ਹੁਣ ਨੱਚੀ ਜਾਂਦੀ ਲੜਕੀ ਪਾਗਲ ਹੈ ਸਾਰੇ ਤਾੜੀਆਂ ਮਾਰ ਰਹੇ ਪਾਗਲ ਹੈ ਪਾਗਲ ਹੈ ਪਾਗਲ ਉਹ ਆਪ ਹੀ ਕਿੱਧਰ ਪਾਈ ਜਾਂਦੀ ਪਾਗਲ ਹੈ ਪਾਗਲ ਹੈ ਪਾਗਲ ਵਾਹ 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 ਅੱਜ ਕੱਲ੍ਹ ਸੌਂਗ ਹੀ ਇੱਦਾਂ ਦੇ ਚੱਲਦੇ ਆ ਕੀ ਕਰੀਏ ਇਹ ਆ ਨਾ ਬਹੁਤ ਵਧੀਆ ਮੈਂ ਦੇਣਾ ਜੀ ਮੈਂ ਦੇਣਾ ਹਰੇਕ ਰੰਗ ਹੈ ਜੀ ਕਾਲਜ ਦੇ ਵਿੱਚ ਇਹ ਗਿੱਧੇ ਵੀ ਨੇ ਬੋਲੀਆਂ ਵੀ ਨੇ ਟੱਪੇ ਵੀ ਸੁਣੇ ਘੋੜੀਆਂ ਸੁਹਾਗ ਆਹ ਵੀ ਹੈ ਰੰਗ ਰੰਗ ਪਾਗਲ ਹੈ ਪਾਗਲ ਹੈ ਸਾਰੇ ਰੰਗ ਨੇ ਜੀ ਲਿਆਓ ਜੀ ਲਿਆਓ ਲਿਆਓ ਬਹੁਤ ਬਹੁਤ ਮਿਹਰਬਾਨੀ
ਅਗਲਾ ਸਟੂਡੈਂਟ ਆਓ ਜੀ। ਵਾਹ ਜੀ ਵਾਹ, ਸਤਿ ਸ੍ਰੀ ਅਕਾਲ ਜੀ। ਕੀ ਨਾਂ ਜੀ ਤੁਹਾਡਾ? ਤਾਨਿਆ ਸੋਹਲ। ਤਾਨਿਆ ਸੋਹਲ। ਤਾਨਿਆ ਸੋਹਲ ਜੀ, ਤੁਸੀਂ ਕਿੱਥੋਂ ਜੀ? ਮੈਂ ਲੋਕਲ ਨਕੋਦਰ ਤੋਂ ਹੀ ਹਾਂ। ਲੋਕਲ ਉੱਤੇ ਹੈ ਜੀ? ਇੱਕ ਦਿਲ ਸੀ ਰਿਹਾ ਮੇਰੇ ਕੋਲਣਾ, ਵੇ ਮੈਂ ਲੁੱਟੀ ਗਈਆਂ। ਕਿਆ ਬਾਤ! ਢੋਲਣਾ ਵੇ ਮੈਂ ਲੁੱਟੀ ਗਈਆਂ, ਸਦਰਾਂ ਦੇ ਬੂਹੇ ਵੇ ਮੈਂ ਤੇਰੇ ਲਈ ਖੋਲੇ, ਹੋਵੇ ਨਾ ਤੂੰ ਕਦੇ ਅੱਖੀਆਂ ਤੋਲੇ। ਦਿਲ ਸ਼ੁਦਾਈ ਮੇਰਾ ਦਿਲ ਦੀਵਾਨਾ, ਮੈਂ ਤੇਰੀ ਚੱਲੀਆਂ ਤੇ ਤੂੰ ਮੇਰਾ ਸਿਆਣਾ, ਮੈਨੂੰ ਗੱਲ ਦਾ ਬਣਾ ਕੇ ਰੱਖੀ ਢੋਲਣਾ ਵੇ, ਮੈਨੂੰ ਗੱਲ ਦਾ ਬਣਾ ਕੇ ਰੱਖੀ ਢੋਲਣਾ, ਇੱਕ ਦਿਲ ਸੀ ਰਿਹਾ ਮੇਰੇ ਕੋਲਣਾ ਵੇ ਮੈਂ ਲੁੱਟੀ ਗਈ। ਬਹੁਤ ਸੋਹਣਾ, ਬਹੁਤ ਸੋਹਣਾ, ਥੈਂਕ ਯੂ ਸੋ ਮਚ, ਗੋਡ ਬਲੈਸ ਯੂ, ਗੋਡ ਬਲੈਸ ਯੂ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕੀ ਨਾਂ ਜੀ ਤੁਹਾਡਾ? ਮਨਪ੍ਰੀਤ ਕੌਰ ਮਨੀ। ਮਨਪ੍ਰੀਤ ਕੌਰ ਮਨੀ ਮੱਲੀ, ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵੂਮੈਨ ਦੀ ਹੈੱਡ ਗੱਲ ਹੈ ਜੀ। ਵਾਹ ਜੀ ਵਾਹ ਵਾਹ, ਥੈਂਕ ਯੂ। ਵਾਹ ਵਾਹ ਵਾਹ, ਕਿੱਥੇ ਰਹਿੰਦੇ ਹੋ ਜੀ, ਕੀ ਸ਼ੌਂਕ ਨੇ ਤੁਹਾਡੇ, ਦੱਸੋ। ਮੇਰਾ ਪਿੰਡ ਆ ਜੀ ਕੰਗ ਸਾਬੂ, ਜਦੋਂ ਆਪਾਂ ਜਲੰਧਰ ਨੂੰ ਜਾਂਦੇ ਹਾਂ ਰਾਹ ਤੇ ਰੋਡ ਤੇ ਆਉਂਦਾ ਮੇਨ। ਜੇ ਜਲੰਧਰ ਨੂੰ ਜਾਣਾ ਜਾਣਾ ਹੋਵੇ ਬੰਦੇ ਨੇ? ਜੋ ਤੁਸੀਂ ਕਹੋ। ਵੈਸੇ ਮੈਨੂੰ ਲਿਖਣ ਦਾ ਵੀ ਸ਼ੌਂਕ ਆ, ਮੈਂ ਸ਼ੇਅਰ ਗੀਤ ਵੀ ਲਿਖਦੀ ਆ ਤੇ ਸੁਹਾਗ ਕੁੜੀਆਂ ਸਭ ਕੁਝ ਗਾ ਲੈਂਦੀਆਂ। ਬਹੁਤ ਵਧੀਆ, ਜੋ ਤੁਸੀਂ ਲਿਖਿਆ ਜੀ ਉਹ ਸੁਣਾਓ। ਮਿਹਨਤਾਂ ਦੀ ਪੱਠੀ ਵਿੱਚ ਚੰਮ ਜਦੋਂ ਮੱਗਦਾ, ਮਿਹਨਤਾਂ ਦੇ ਬੂਟਿਆਂ ਨੂੰ ਫਲ ਉਦੋਂ ਲੱਗਦਾ, ਛੱਡ ਆਲਸ ਤੇ ਆਰਾਮ ਜੋ ਔਕੜਾਂ ਦੇ ਨਾਲ ਖਹਿ ਜਾਂਦਾ, ਐਦਾਂ ਦੇ ਇਨਸਾਨਾਂ ਨੂੰ ਹੀ ਰੱਬ ਤਰੱਕੀਆਂ ਵੱਲ ਲੈ ਜਾਂਦਾ, ਐਦਾਂ ਦੇ ਇਨਸਾਨਾਂ ਨੂੰ ਰੱਬ ਤਰੱਕੀਆਂ ਵੱਲ ਲੈ ਜਾਂਦਾ। ਬਹੁਤ ਸੋਹਣੀ ਪੰਜਾਬੀ ਬੋਲਦੇ ਹੋ। ਕਦੇ ਕੀਤੀਆਂ ਮਿਹਨਤਾਂ ਬੇਕਾਰ ਨਹੀਂ ਜਾਂਦੀਆਂ, ਕਦੇ ਕੀਤੀਆਂ ਮਿਹਨਤਾਂ ਬੇਕਾਰ ਨਹੀਂ ਜਾਂਦੀਆਂ, ਜਦ ਮਿਹਰ ਹੋ ਜਾਏ ਉਸ ਮਾਲਕ ਦੀ ਤਾਂ ਰਾਤੋ ਰਾਤ ਬਦਲ ਜਾਣ ਜ਼ਿੰਦਗਾਨੀਆਂ। ਬਹੁਤ ਵਧੀਆ। ਧੀਆਂ ਵਰਗੀ ਨਾ ਦੁਨੀਆਂ ਤੇ ਚੀਜ਼ ਕੋਈ, ਪੁੱਤਰਾਂ ਤੋਂ ਦਰਦ ਬਣਾਉਂਦੀਆਂ ਨੇ, ਪਾਸੇ ਹੋ ਕੇ ਪੁੱਤ ਤਾਂ ਬੈਠ ਜਾਂਦੇ, ਧੀਆਂ ਬਾਬਲ ਦੀ ਖੈਰ ਮਨਾਉਂਦੀਆਂ ਨੇ। ਬਹੁਤ ਵਧੀਆ, ਥੈਂਕ ਯੂ ਸੋ ਮਚ, ਚੰਗੇ ਚੰਗੇ ਸ਼ੇਅਰ, ਚੰਗੇ ਸੁਨੇਹੇ ਨਾਲ ਦੀ ਨਾਲ, ਬਹੁਤ ਸਾਰਾ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਰ ਪਹਿਲੇ ਮੇਰੇ ਘਰਦਿਆਂ ਨੂੰ ਹੈਲੋ ਕਰ ਦਿਓ। ਸਤਿ ਸ਼੍ਰੀ ਅਕਾਲ ਜੀ, ਸਾਰੇ ਘਰਦਿਆਂ ਨੂੰ, ਉਹਨਾਂ ਨੂੰ ਹੈਲੋ। ਹਾਂਜੀ, ਕਹਿਤਾ ਜੀ। ਸਰ ਹੈਂਡਸ਼ੇਕ। ਹਾਂਜੀ ਹੈਂਡਸ਼ੇਕ। ਹਾਂਜੀ ਹੈਂਡਸ਼ੇਕ 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 ਹੈਂਡ। ਕੀ ਪੇਸ਼ ਕਰੋਗੇ ਜੀ? ਸਰ ਕਾਲਾ ਸ਼ੇਰ। ਕਾਲਾ ਸ਼ੇਰ? ਕਾਲਾ ਸ਼ੇਰ ਕਿਹੜਾ ਹੋਇਆ ਜੀ? ਅੱਛਾ ਗਾਣਾ। ਅੱਛਾ ਅੱਛਾ, ਸੁਣਾਓ ਸੁਣਾਓ। ਅੱਛਾ ਬੁਲੇਟ, ਓਕੇ ਓਕੇ ਓਕੇ, ਸੁਣਾਓ ਜੀ ਸੁਣਾਓ। ਹੋ ਕਾਲਾ ਸ਼ੇਰ ਲੈ ਕੇ ਮੁੰਡਾ ਸੋਹਰਿਆਂ ਨੂੰ ਚੱਲਿਆ, ਸਜਰੀ ਵਿਆਹੀ ਜੋਸ਼ ਜਾਂਦਾ ਨਹੀਂ ਉਹ ਚੱਲਿਆ, ਹੋ ਪੂਰਾ 1.5 ਲੱਖ ਲਾ ਕੇ ਡੈਸ਼ ਪਿੰਡ 'ਚ ਬਣਾ ਕੇ, 1.5 ਲੱਖ ਲਾ ਕੇ ਡੈਸ਼ ਪਿੰਡ 'ਚ ਬਣਾ ਕੇ, ਹੋ ਕੱਢ ਦਿੱਤੀਆਂ ਸ਼ਰੀਕਾਂ ਦੀਆਂ ਰੜਕਾਂ, ਹੋ ਲੁਧਿਆਣਾ ਮੋਗਾ ਰੋਡ ਤੇ ਜੱਟ ਦਾ ਬੁਲਟ ਮਾਰੇ ਬੜਕਾ, ਹੋ ਲੁਧਿਆਣਾ ਮੋਗਾ ਰੋਡ ਤੇ ਜੱਟ ਦਾ ਬੁਲਟ ਮਾਰੇ ਬੜਕਾ, ਹੋ ਲੁਧਿਆਣਾ ਮੋਗਾ ਰੋਡ ਤੇ। ਚਲੋ ਜੀ, ਸੈਕਿੰਡ ਰਾਊਂਡ ਚੱਲਦਾ ਜੀ, ਜਿਹੜਾ ਡਿਜੀਟਲ ਲਾਈਵ ਕੰਟੈਸਟ ਹੈਗਾ ਪ੍ਰੋਇਸ ਵੱਲੋਂ, ਉਹਦੇ ਜਿਹੜੇ ਗਿਫਟ ਹੈਂਪਰ ਅੱਗੇ ਵੰਡੇ ਜਾਣਗੇ। ਮੈਡਮ ਆਓ ਜੀ। ਡਿਜੀਟਲ ਲਾਈਵ ਕੰਟੈਸਟ ਸੈਕਿੰਡ ਰਾਊਂਡ ਦੇ ਵਿਨਰਸ ਹੈ, ਸੋ ਫਸਟ ਵਿਨਰ ਪਲੀਜ਼। ਸੋ ਇਸੀ ਪ੍ਰੋਇਸ ਕੋ ਐਕਸਲ ਸੈਕਿੰਡ ਰਾਊਂਡ ਦੇ ਵਿਨਰਸ, ਤੁਸੀਂ ਫਟਾਫਟ ਫਾਈਨਲ ਔਰ ਸਾਡੇ ਲਾਸਟ ਰਾਊਂਡ ਦੇ ਲਈ ਮਿਸ ਕਾਲ ਕਰ ਸਕਦੇ ਹੋ ਤੇ ਨਾਲ ਦੀ ਨਾਲ ਗਿਫਟ ਹੈਂਪਰ ਜਿੱਤ ਸਕਦੇ ਹੋ ਪ੍ਰੋਇਸ ਵੱਲੋਂ, ਕਿਉਂਕਿ ਪ੍ਰੋਇਸ
जो पैड्स है बाकी रेगुलर पैड्स मुकाबले ज्यादा बेटर। थैंक यू सो मच मैम। सो सेकंड राउंड के जिहड़े विनर सके सारे बहुत सारिया मुबारक। पांच रैंडम विनर्स कढ़े ने प्रोइज टीम वालों, प्रोइज का बहुत सारा थैंक यू। थर्ड सैगमेंट के फिर लाइव डिजिटल कॉन्टेस्ट होगा, नंबर दिता हुआ जी 9667727003 मिस कॉल मारो तो तुम्हें कोड्स जोड़े है थोड़े फोन से अवेलेबल होंगे। रैंडमली कोड्स प्रोइज टीम वालों चुने जाएंगे तो बच्चों गिफ्ट हैंपर दिए जाएंगे। अगले बच्चे असं सदा देने। आओ जी, सत श्रीकाल जी। सत श्रीकाल जी, की नाम है तुहाडा? रिधिमा गुप्ता। रिधिमा गुप्ता जी, की शौक ने तुहाडे? शौक डांसिंग, बैडमिंटन खेलना बस। अच्छा, परिवार च कौन कौन जी? मम्मा पापा भैया। ओके जी, एक गल कह। हाँ जी। मेरे ना भैया ने विश्वास नहीं सीगा कि तुसी आओगे, एक बार कैमरे च कह दो कि मैं आ गया। मैं आ गया। ठीक है जी, की सुनाओगे? मैं एक शेयर सुनाना जी मम्मा। सुनाओ सुनाओ। उधर 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 उधर। सख्त रास्तों पे भी आसान सफर लगता है, सख्त रास्तों पे भी आसान सफर लगता है, ये मुझे मेरी माँ की दुआओं में असर लगता है। एक मुद्दत से मेरी माँ नहीं सोई, एक मुद्दत से मेरी माँ नहीं सोई, जब मैंने कहा था माँ मुझे डर लगता है, माँ मुझे डर लगता है। बहुत बढ़िया, बहुत बढ़िया। थैंक यू सो मच गुप्ता जी, थैंक यू सो मच, गॉड ब्लेस यू। चढ़ दी गला जरो। तो बच्चों के एक्साइटमेंट बहुत है, एक्साइटमेंट के नाल कई बार नर्वस भी होते हैं। सो हूँ वक्त एक छोटे जे ब्रेक का, कंटीन्यू मंडीर स्पेशल एपीसोड में इंजॉय करते रहो। कंटीन्यू मंडीर इज ब्रॉट टू यू बाय प्रो इज गो एक्सल। मिलते हैं जी एक छोटे जे चलो जी ब्रेक तो बाद एक बार फिर स्वागत है थोड़े अपने फेवरेट शो कंटीन्यू मंडीर के स्पेशल एपीसोड कंटीन्यू मंडीर इज ब्रॉट टू यू बाय प्रो इज गो एक्सल। अगले बच्चे को सदा देने। आओ जी, सत श्रीकाल जी। सत श्रीकाल जी, बहुत सोहना पहरावा। थैंक यू जी। ਕਿੱਥੋਂ ਬਿਲੋਂਗ ਕਰਦੇ ਹੋ ਜੀ? ਮੈਂ ਇੱਥੇ ਲੋਕਲ ਨਕੋਦਰ ਤੋਂ ਰਹਿੰਦੀ। ਨਕੋਦਰ ਤੋਂ? ਹਾਂਜੀ। ਪਰਿਵਾਰ 'ਚ ਕੌਣ ਕੌਣ ਜੀ ਤੁਹਾਡੇ? ਮੇਰੇ ਫੈਮਿਲੀ ਦੇ ਵਿੱਚ ਮੇਰੇ ਪਾਪਾ, ਮੇਰੇ ਮੰਮਾ, ਮੇਰੇ ਛੋਟੇ ਬ੍ਰਦਰ ਅਤੇ ਮੈਂ। ਸਾਰੇ ਚੜ੍ਹਦੀ ਕਲਾ 'ਚ ਰਹਿਣ, ਮੇਰੇ ਵੱਲੋਂ ਤੁਹਾਨੂੰ ਸਤਿ ਸ਼੍ਰੀ ਅਕਾਲ। ਅੰਕਲ ਜੀ ਕੀ ਕਰਦੇ ਨੇ ਜੀ? ਉਹ ਪੁਲਿਸ ਆਫਿਸਰ ਆ। ਵਾਹ ਜੀ ਵਾਹ 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 ਜੀ ਵਾਹ, ਪੰਜਾਬ ਪੁਲਿਸ ਜ਼ਿੰਦਾਬਾਦ। ਹਾਂਜੀ, ਕਿਉਂਕਿ ਉਹ ਦਿਨ ਰਾਤ ਡਿਊਟੀ ਦੇ ਉੱਤੇ ਹੁੰਦੇ ਨੇ, ਕਿਸੇ ਟਾਈਮ ਵੀ ਫੋਨ ਆ ਜਾਂਦਾ ਵੀ ਅੱਜ ਜਾਣਾ ਪੈ ਸਕਦਾ ਇੱਥੇ। ਤਿਉਹਾਰ ਛੱਡ ਕੇ, ਸਭ ਕੁਝ ਛੱਡ ਕੇ, ਕਈ ਵਾਰ ਪਰਿਵਾਰਾਂ ਨੂੰ ਵੀ ਮੌਕੇ ਦੇ ਉੱਤੇ ਛੱਡ ਕੇ ਜਾਣਾ ਪੈਂਦਾ, ਡਿਨਰ ਛੱਡ ਕੇ ਜਾਣਾ ਪੈਂਦਾ, ਸੋ ਸਾਡੇ ਕਰਕੇ ਨੇ। ਸੋ ਅੰਕਲ ਜੀ ਨੂੰ ਸਤਿ ਸ਼੍ਰੀ ਅਕਾਲ, ਸਾਰੇ ਪਰਿਵਾਰ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਕੀ ਪੇਸ਼ ਕਰੋਗੇ ਜੀ? ਮੈਂ ਅੱਜ ਤੁਹਾਡੇ ਸਾਹਮਣੇ ਇੱਕ ਭੰਗੜਾ ਪੇਸ਼ ਕਰਨ ਜਾ ਰਹੀ ਹਾਂ। ਓਕੇ ਜੀ, ਓਕੇ ਓਕੇ। थैंक यू सो मच, थैंक यू सो मच। बहुत बढ़िया, बहुत बढ़िया। थैंक यू जी, बहुत बढ़िया। जोरदार तालियां। सत श्री अकाल सर। सत श्री अकाल। कैसे हो आप? बढ़िया जी, बढ़िया। सत श्री अकाल। सब तो पहली गल तुसी मेरी मम्मा नु हेलो कह दो, बहुत ज्यादा एक्साइटेड थी सवेरे। हेलो आंटी जी, हेलो आंटी जी। की नाम जी आंटी जी दा? मम्मा स्पेशल ताडे लई। हां जी, थैंक यू सो मच उनां दे आशीर्वाद लई। कमलजीत कौर। कमलजीत आंटी जी दा बहुत सारा प्यार सत्कार आंटी जी नु। सत श्री अकाल जी आंटी जी। मैनु प्लीज ऑन घरे वाल लियो। नहीं घरे नहीं वाड़ते? अच्छा अच्छा, नहीं नहीं घरे वाड़ो जी, घरे वाड़ो करते धियां ने। वैसे मजाक तां करते होणगे वी हणा, वी हां कह के नहीं मैं घरे नहीं वाड़ू। मेरा ब्रदर कहंदा कि तू फोटो खिचा के आनी लिया, तैनू घरे नहीं वाड़ना। नहीं नहीं, पक्का 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 जी, पक्का। मैं आप छड्डाऊं घरे, जे घरे नहीं वाड़दे। आओ अभी घरे वाड़ो भाई कुड़ी नूं। आहो सर। बहुत वधिया। की नाम तुहाडा? तरनप्रीत कौर। तरनप्रीत कौर, एणकां करके क्यूट लगदे हो, वैसे ही क्यूट हो तुसीं। वैसे ही क्यूट आ। अच्छा जी, बहुत वधिया, खुश रहो। किहड़ा कोर्स जॉइन कीता इत्थे, की पढ़दे हो? कॉस्मो। हां जी, कॉस्मेटोलॉजी। कॉस्मेटोलॉजी, ये सुन च भी वधिया लगदा। कल नूं पुछे भी हां जी फिर वधिया बच्चे वास्ते हुंदा। हां हां, ना सुन च, कल नूं कोई घरे आ जाए बेटी की करदी है कॉस्मेटोलॉजी अगला कहिंदा थोड़ी भली हो जी। हां जी हां जी, है ना? हां जी, बी ए पंजाबी, बी ए इंग्लिश सारे बच्चे करदे। चलो ओह इन्ना हैरान नहीं हुंदे, पर जदों बच्चे कॉस्मेटोलॉजी जी पता नहीं की कॉस्मेटोलॉजी। कॉस्मेटोलॉजी अद्धे तां पुछण लैंदे होणे वी इह क्रीम लाउणी कित्थे है, ਇਹ ਕੀ ਕੀ ਹੁੰਦਾ ਇਸ ਕੋਰਸ ਵਿੱਚ ਕੋਸਮੋਟੋਲੋਜੀ ਚ? ਇਹ ਸਾਰਾ ਬਿਊਟੀਸ਼ੀਅਨ ਦਾ ਸਰ। ਅੱਛਾ, ਆ ਆਪਣਾ? ਹਾਂਜੀ ਹਾਂਜੀ, ਉਹੀ ਉਹੀ। ਹਾਂ, ਲੋਚੇ ਪੋਚੇ ਸਾਰਾ। ਅੱਛਾ ਅੱਛਾ ਅੱਛਾ, ਇਹ ਤੁਹਾਡਾ ਇੰਟਰਸਟ ਹੋਣਾ ਫਿਰ ਸ਼ੁਰੂ ਤੋਂ? ਹਾਂਜੀ ਹਾਂਜੀ। ਓਕੇ 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 ਓਕੇ, ਜਿਵੇਂ ਹੁਣ ਮੈਂ ਸ਼ੂਟ ਕਰਦਾ ਗਰਮੀ ਬੜੀ ਹੁੰਦੀ। ਹਾਂਜੀ, ਇੱਕ ਟੈਨਿੰਗ ਟੂਨਿੰਗ ਹੋ ਜਾਂਦੀ, ਕੀ ਲਾਉਣਾ ਚਾਹੀਦਾ? ਕਰੀਮ ਕਰੂਮ ਤਾਂ ਨਹੀਂ ਲਾਉਣੀ ਚਾਹੀਦੀ?
ਧੋਤੀ ਬਹੁਤ ਸੋਹਣੀ ਆ। ਚੱਕ ਪੰਪ ਦੇ ਦਾ, ਪੰਪ ਦੇ ਤਾ ਦੇਤੀ ਫੂਕ ਛਕਾਤੀ ਬਈ, ਕੁੜੀਆਂ ਤੋਂ ਬੱਚੋ ਫੂਕ ਬਹੁਤ ਛਕਾਉਂਦੀਆਂ। ਪਹਿਲਾਂ ਸਪੈਸ਼ਲ ਸਰ ਉੱਥੇ ਖੜੀ ਸੀ, ਓਹੋ ਪਤਾ ਲੱਗਾ ਉੱਥੇ ਕੈਮਰਾ ਨਹੀਂ ਆਉਣਾ। ਓਹੋ ਫਿਰ ਵੀ ਇੱਧਰ ਆ ਗਏ, ਮੈਨੂੰ ਉੱਥੇ ਆਉਣਾ ਪਿਆ ਸਪੈਸ਼ਲ ਮੈਡਮ ਤੋਂ। ਅੱਛਾ ਫਿਰ ਉੱਧਰ ਵੀ ਕੈਮਰਾ ਨਹੀਂ ਗਿਆ, ਫਿਰ ਇੱਧਰ ਆ ਗਿਆ। ਫਿਰ ਮੈਨੂੰ ਮੈਂ ਉਹ ਸਰ ਨੂੰ ਕਿਹਾ ਮੈਨੂੰ ਗੱਲ ਕਰਵਾ ਪਹਿਲਾਂ। ਉਹ ਸਰ ਨੂੰ ਗਿਆ? ਹਾਂਜੀ, ਉਹ ਤਾਂ ਝੜਕਦਾ ਹੀ ਬਹੁਤ ਹੈ। ਨਹੀਂ ਸਰ ਬਹੁਤ ਸੋਹਣਾ, ਮਤਲਬ ਹਾਂ ਤੁਸੀਂ ਤਾਂ ਕਹਿਣਾ ਹੀ ਹੈ ਤੁਹਾਨੂੰ ਭੇਜ ਪਿਆ। ਬਹੁਤ ਵਧੀਆ ਬਹੁਤ ਵਧੀਆ, ਉਹ ਹੀ ਬੰਬ ਦੇਤਾ ਵੀ ਸਰ ਬਹੁਤ ਸੋਹਣਾ। ਕੁਛ ਨੀ ਸੁਣਾਇਆ, ਕੋਈ ਹਾਲ ਚਾਲ ਨੀ ਪੁੱਛਿਆ ਵੀ ਇੰਨੀ ਗਰਮੀ ਹੈ ਕੀ ਨਾ ਨਾ ਆਈ ਮੰਮੀ ਬਹੁਤ ਚੱਲ। ਜੇ ਮੈਂ ਪੁੱਛਿਆ ਕੋਰਸ ਕਰਦਾ ਜੀ ਇੱਥੇ ਬਿੰਦੀਆਂ ਟਿੱਕੇ ਵਾਲਾ ਬਹੁਤ। ਹੁਣ ਵਕਤ ਇੱਕ ਛੋਟੇ ਜਿਹੇ ਬ੍ਰੇਕ ਦਾ, ਕੰਟੀਨਿਊ ਮੰਡੀਰ ਸਪੈਸ਼ਲ ਐਪੀਸੋਡ ਨੂੰ ਇੰਜੋਏ ਕਰਦੇ ਰਹੋ। ਕੰਟੀਨਿਊ ਮੰਡੀਰ ਇਜ਼ ਬ੍ਰੌਟ ਟੂ ਯੂ ਬਾਏ ਪ੍ਰੋ ਇਜ਼ ਗੋ ਐਕਸਲ। ਮਿਲਦੇ ਹਾਂ ਜੀ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸੁਣਦੇ ਤੁਹਾਡੇ ਆਪਣੇ ਫੇਵਰੇਟ ਸ਼ੋਅ ਕੰਟੀਨਿਊ ਮੰਡੀਰ ਦੇ ਵਿੱਚ ਸਪੈਸ਼ਲ ਐਪੀਸੋਡ ਤੁਸੀਂ ਇੰਜੋਏ ਕਰ ਰਹੇ ਹੋ। ਕੰਟੀਨਿਊ ਮੰਡੀਰ ਸਪੈਸ਼ਲ ਐਪੀਸੋਡ ਇਜ਼ ਬ੍ਰੌਟ ਟੂ ਯੂ ਬਾਏ ਪ੍ਰੋ ਇਜ਼ ਗੋ ਐਕਸਲ। ਅਗਲੇ ਬੱਚੇ ਨੂੰ ਮੈਂ ਸੱਦਾ ਦੇਣਾ, ਆਓ ਜੀ ਆਓ ਆਓ ਭੈਣ ਜੀ ਆਓ ਆਓ ਆਓ। ਸਤਿ ਸ਼੍ਰੀ ਅਕਾਲ ਜੀ, ਕੀ ਨਾਂ ਜੀ ਤੁਹਾਡਾ? ਮਾਈਸੈਲਫ ਜਸਬੀਰ ਕੌਰ। ਉਹ ਤੁਹਾਡੀ ਭਲੀ ਹੋ ਜੀ। ਅੱਛਾ ਕਿੰਨੇ ਵਿਧਾਨ ਸਭਾ ਹਲਕੇ ਪੰਜਾਬ ਦੇ? ਸਰ ਇੰਨਾ ਨਹੀਂ ਪਤਾ, ਬਸ ਕੈਨੇਡਾ ਜਾਣਾ। ਯਾਰ ਪੋਲੀਟੀਕਲ ਸਾਇੰਸ ਤੁਹਾਡਾ ਸਬਜੈਕਟ ਹੈ, ਇੱਥੇ ਤੁਸੀਂ ਪੰਜਾਬ ਦੇ ਵਿੱਚ ਰਹਿੰਦੇ ਹੋ? ਸਰ ਨਹੀਂ, ਮੇਰਾ ਕੈਨੇਡਾ ਦਾ ਡ੍ਰੀਮ ਆ। ਅੱਛਾ ਕੈਨੇਡਾ ਦਾ ਡ੍ਰੀਮ ਹੈ, ਉੱਥੋਂ ਦੇ ਪ੍ਰਧਾਨ ਮੰਤਰੀ ਕੌਣ ਨੇ? ਟਰੂਡੋ। ਵਾਹ ਵਾਹ, ਠੀਕ ਹੈ ਜੀ ਠੀਕ ਹੈ। ਇੱਥੇ ਜੇ ਪੰਜਾਬ ਦੇ ਜਿਹੜੇ ਵਿਧਾਨ ਸਭਾ ਹਲਕੇ ਨੇ 117 ਨੇ। ਓਕੇ ਸਰ। ਕਿੰਨੇ ਨੇ? 117। ਹਾਂ ਤੇ ਲੋਕ ਸਭਾ ਦੇ ਕਿੰਨੇ ਨੇ? ਜੇ ਕੋਈ ਪੁੱਛੇ ਲੋਕ ਸਭਾ ਦੇ ਕਿੰਨੇ ਨੇ ਤੇ ਫਿਰ? 545। ਉਹ ਆਲ ਓਵਰ ਇੰਡੀਆ ਦੇ ਨੇ, ਪੰਜਾਬ ਦੇ 13। ਸਰ ਬੇਇੱਜ਼ਤੀ ਕਰੀ ਜਾਂਦੇ ਨੇ। ਉਹਨੇ ਬੇਇੱਜ਼ਤੀ ਨਹੀਂ, ਵੈਸੇ ਸਮਝਾਉਣ ਡਿਆ। ਚਲੋ ਕੈਨੇਡਾ ਜਾਣਾ ਫਿਰ, ਵਧੀਆ ਵਧੀਆ। ਕਦੋਂ ਜਾਣਾ, ਕਦੋਂ ਦੀ ਤਿਆਰੀ ਹੈ? ਬਸ ਜਦੋਂ ਕਿਸਮਤ, ਬਸ ਜਦੋਂ ਜਦੋਂ ਬਸ ਆ ਗਈ ਹੈ, ਜਦੋਂ ਕਿਸਮਤ ਲੈ ਜਾਏ ਨਾ ਨਾ ਲੈ ਕੇ ਜਾਏਗੀ ਪੱਕਾ। ਕੌਣ ਕੌਣ ਗਿਆ ਕੈਨੇਡਾ, ਰਿਸ਼ਤੇਦਾਰੀ ਚ ਕੌਣ ਕੌਣ ਹੈ? ਮੇਰੀ ਸਿਸਟਰ ਗਈ ਹੈ ਛੋਟੀ, ਪਲੱਸ 2 ਕਰਕੇ। ਅੱਛਾ ਸਕੇ ਰੀਅਲ ਸਿਫਟ ਕਿੱਥੇ? ਬ੍ਰੈਂਪਟਨ ਸਰ। ਹਾਂਜੀ ਹਾਂਜੀ, ਬ੍ਰੈਂਪਟਨ। ਬ੍ਰੈਂਪਟਨ ਕਿਹੜੇ ਕਾਲਜ ਸਰ? ਸੈਂਟਸ, ਪਤਾ ਨਹੀਂ ਸਰ। ਪੀਟਰਸਬਰੋ? ਨਹੀਂ ਨਹੀਂ ਹਾਂਜੀ, ਜਿਹੜੇ ਰਿਸ਼ਤੇਦਾਰ ਕਹਿੰਦੇ ਆ ਕਿ ਮੈਂ ਕਦੇ ਜਾ ਨਹੀਂ ਸਕਦੀ ਨਾ ਕੈਨੇਡਾ। ਕਹਿੰਦੇ ਕਹਿੰਦੇ ਕਿਵੇਂ ਨਹੀਂ ਜਾਊਂਗੀ? ਹਾਂ ਬਈ ਹਾਂ, ਅੱਗੇ ਆ ਮੇਰੀ ਭੈਣ ਸ਼ਾਬਾ। ਕਿਹੜਾ ਕਿਹੜਾ ਰਿਸ਼ਤੇਦਾਰ ਕਹਿੰਦਾ ਬਈ ਇਹ ਕੁੜੀ ਕੈਨੇਡਾ ਨਹੀਂ ਜਾਊਗੀ? ਹੈਂ, ਜਾਊਗੀ ਇੱਕ ਦਿਨ ਜਾਊਗੀ, ਅਰਦਾਸ ਪਰਮਾਤਮਾ ਕੈਨੇਡਾ ਜਾਊਗੀ ਜਾਊਗੀ। ਰਿਸ਼ਤੇਦਾਰ ਕੰਨ ਖੋਲ ਕੇ ਸੁਣ ਲੋ, ਆਪਣੇ ਦਮ ਤੇ ਜਾਣਾ, ਡੈਡੀ ਜੀ ਦੇ ਪੈਸੇ ਲਵਾ ਕੇ ਜਾਣਾ। ਬਹੁਤ ਵਧੀਆ। ਇੱਕ ਹੋਰ ਗੱਲ, ਮੈਂ ਪਬਜੀ ਦੀ ਬਹੁਤ ਵੱਡੀ ਫੈਨ ਆ। ਪਬਜੀ ਦੀ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ, ਜ਼ਰੂਰ 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 ਖੇਡਿਆ ਕਰੋ। ਕੀ ਰੱਖਿਆ ਹੋਰ ਕੰਮਾਂ 'ਚ? ਪਬਜੀ ਖੇਡੇ, ਕੈਨੇਡਾ ਪਹੁੰਚੇ, ਲਾਈਫ ਨੂੰ ਇੰਜੋਏ, ਲਾਈਫ ਇੰਜੋਏ ਕਰੋ। ਰਿਸ਼ਤੇਦਾਰਾਂ ਨੇ ਨਹੀਂ ਸੁਣੀ ਦੀ? ਨਾ 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 ਨਾ, ਉਹਨਾਂ ਨੇ ਡੋਬਣਾ ਹੀ ਆ। ਉਹਨਾਂ ਨੇ ਡੋਬਣਾ ਹੀ ਆ, ਡੋਬਣਾ ਡੋਬਣਾ। ਕਿਹੜਾ ਰਿਸ਼ਤੇਦਾਰ ਕਹਿੰਦਾ ਸੀਗਾ ਵੀ ਕੈਨੇਡਾ ਨਹੀਂ ਜਾਣਾ? ਮੁੜ ਕੇ ਮੈਂ ਉਹਨਾਂ ਨੂੰ ਬਲੌਕ ਲਿਸਟ 'ਚ ਪਾਇਆ ਹੋਇਆ। ਅੱਛਾ ਬਲੌਕ ਲਿਸਟ 'ਚ ਪਾਏ ਆ, ਪਰ ਮੰਮਾ ਨੂੰ ਨਹੀਂ ਪਤਾ। ਅੱਛਾ ਮੰਮੀ ਨੂੰ ਨਹੀਂ ਪਤਾ, ਵੈਸੇ ਰਿਸ਼ਤੇਦਾਰ ਸਾਰੇ ਬਲੌਕ ਲਿਸਟ 'ਚ ਹੈ? ਸਾਰਾ ਰਿਸ਼ਤੇਦਾਰ ਹੀ ਬਲੌਕ ਲਿਸਟ 'ਚ ਹੈ? ਸਾਰੇ ਹੀ ਆ, ਸਾਰਾ ਰਿਸ਼ਤੇਦਾਰੀ ਬਲੌਕ ਵਿੱਚ ਪਾ ਛੱਡਿਆ। ਖੁਸ਼ੀ ਖੁਸ਼ੀ ਜਾਓ ਕੈਨੇਡਾ, ਰਿਸ਼ਤੇਦਾਰਾਂ ਨੂੰ ਨਹੀਂ ਸੁਣੀਦੀ। ਓਕੇ, ਚੜ੍ਹਦੀ ਕਲਾ 'ਚ ਰਹੋ, ਚੜ੍ਹਦੀ ਕਲਾ। ਜਾਊਗੀ ਵੀ ਰਿਸ਼ਤੇਦਾਰ, ਉਹ ਕੈਨੇਡਾ ਜਾਊਗੀ। ਐਨਸੀਸੀ ਕੈਡੇਟ ਜਸਕਰਨ, ਜੈ ਹਿੰਦ ਜੀ। ਸੱਜੇ ਹੱਥ ਨੂੰ ਨਹੀਂ ਨਹੀਂ, ਕੀ ਨਾਂ? ਜਸਕਰਨ। ਓਕੇ, ਕਿੱਥੋਂ ਜੀ? ਈਦੇ ਤੋਂ ਸਰ। ਮੈਂ ਕਿੱਥੋਂ? ਈਦੇ ਤੋਂ। ਈਦੇ ਮੱਲੀਆਂ ਦੇ ਨਾਲ ਈਦਾ। ਅੱਛਾ ਅੱਛਾ, ਮੱਲੀਆਂ ਦੇ ਨਾਲ ਈਦਾ ਅਤੇ ਈਦੇ ਦੇ ਨਾਲ ਮੱਲੀਆਂ। ਅੱਛਾ ਜੀ, ਕੌਣ ਕੌਣ ਹੈ ਜੀ ਘਰ ਪਰਿਵਾਰ 'ਚ? ਘਰ 'ਚ ਮੇਰੇ ਬ੍ਰਦਰ ਆ, ਦੋ ਛੋਟੇ ਆ, ਪਾਪਾ ਆ, ਮੰਮੀ ਆ, ਦਾਦੀ ਜੀ ਆ।
ਬਹੁਤ ਵਧੀਆ। ਦਾਦੀ ਜੀ ਦਾ ਕੀ ਨਾਂ ਹੈ ਜੀ? ਦਾਦੀ ਜੀ ਦਾ ਨਾਂ ਸਲਵਿੰਦਰ ਕੌਰ। ਸਲਵਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ ਜੀ ਦਾਦੀ ਜੀ ਤੁਹਾਡੀ। ਹਾਂਜੀ, ਸਭ ਤੋਂ ਜ਼ਿਆਦਾ ਮਤਲਬ ਸਪੋਰਟ ਮੈਨੂੰ ਉਹੀ ਕਰਦੇ ਆ, ਦਾਦੀ, ਬ੍ਰਦਰ, ਲਵ ਯੂ ਆ ਸਾਰੀ ਫੈਮਿਲੀ ਨੂੰ। ਬਹੁਤ ਵਧੀਆ, ਬਹੁਤ ਵਧੀਆ। ਪਰਿਵਾਰਾਂ ਕਰਕੇ ਅਸੀਂ ਸਾਰੇ ਇੱਥੇ ਹਾਂ, ਔਰ ਹਮੇਸ਼ਾ ਮਾਂ ਪਿਓ ਦਾ ਸਿਰ ਉੱਚਾ ਰੱਖਣਾ, ਇਹੀ ਮੇਰੀ ਤੁਹਾਡੇ ਅੱਗੇ ਸਾਰੇ ਅੱਗੇ। ਬਹੁਤ ਬੈਸਟ ਫੈਮਿਲੀ ਆ ਮੇਰੀ, ਕਿਉਂਕਿ ਗਰਲਸ ਨੂੰ ਜ਼ਿਆਦਾ ਅਲਾਓ ਨਹੀਂ ਕਰਦੇ ਨਾ, ਪਰ ਮੇਰੀ ਫੈਮਿਲੀ ਬਹੁਤ ਬੈਸਟ, ਸਾਰਿਆਂ ਦੇ ਵਧੀਆ ਹੁੰਦੇ ਆ, ਪਰ ਮੇਰੇ ਕੋਲੋਂ ਸ਼ਬਦ ਨਹੀਂ ਆ ਮੇਰੀ ਫੈਮਿਲੀ ਨੂੰ ਕੁਛ ਕਹਿਣ ਲਈ। ਲਵ ਯੂ ਬ੍ਰੋ। ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ। ਤੇ ਹੁਣੇ ਸਪੋਰਟਸ ਪਰਸਨ ਵੀ ਆ, ਹੁਣੇ ਕੈਂਪ ਤੋਂ ਵੀ ਆਏ ਆ, ਐਲਪੀਯੂ ਤੋਂ। ਅੱਛਾ, ਕੈਂਪ ਕਿੱਥੇ ਸੀਗਾ ਜੀ? ਕੈਂਪ ਸਰ ਮੇਰਾ ਐਲਪੀਯੂ ਪ੍ਰੋਫੈਸ਼ਨਲ। ਓਕੇ, ਕਿੰਨੇ ਦਿਨ ਦਾ ਸੀਗਾ ਜੀ? ਯੂਨੀਵਰਸਿਟੀ ਆਪਣਾ ਕੈਂਪ ਸੀਗਾ 10 ਦਿਨ ਦਾ। ਉਧਰ ਪੁੱਛਿਆ ਕੀ ਗੱਲ? ਮੇਰੇ ਸੀਨੀਅਰ ਵਿੱਚ ਜਿਹੜੇ ਨਾ। ਅੱਛਾ ਅੱਛਾ, ਕੀ ਸਿਖਾਇਆ ਜੀ ਕੈਂਪ ਦੇ ਵਿੱਚ? ਫਿਰ ਰੂਟੀਨ ਸਰ, ਸਭ ਤੋਂ ਪਹਿਲਾਂ ਸਾਨੂੰ 3 ਵਜੇ ਉਠਾ ਦਿੱਤਾ ਜਾਂਦਾ ਸੀਗਾ, ਫਿਰ ਆਪਾਂ ਗਰਾਊਂਡ ਜਾਂਦੇ ਸੀਗੇ, ਕੰਪਨੀਜ਼ 'ਚ ਵੰਡੇ ਹੋਏ ਸੀ ਸਾਰੇ ਕੈਡਿਟਸ, ਫਿਰ ਅਸੀਂ ਉੱਥੇ ਰਨਿੰਗ ਕਰਦੇ ਸੀ, ਸਾਰਾ ਕੁਛ ਕਰਦੇ ਸੀ, ਆਪਾਂ ਨੂੰ ਲੀਡਰ ਬਣਾਇਆ ਹੋਇਆ ਸੀ ਯੋਗਾ ਕਲਾਸ ਦਾ। ਵਧੀਆ ਵਧੀਆ। ਅਤੇ ਸਰ ਫਿਰ ਆਪਾਂ ਰਨਿੰਗ ਕਰਨ ਤੋਂ ਬਾਅਦ, ਸਾਰਾ ਐਕਸਰਸਾਈਜ਼ ਕਰਨ ਤੋਂ ਬਾਅਦ ਸਿੱਧਾ ਜਿਮ ਜਾਂਦੇ, ਮੈਸ ਜਾਂਦੇ ਸੀ, ਮੈਸ ਤੋਂ ਬਾਅਦ ਖਾਣਾ ਖਾ ਕੇ, ਫਿਰ ਯੂਨੀਫਾਰਮ ਪਾ ਕੇ, ਫਿਰ ਡਰਿੱਲ ਲਈ ਸਾਰੇ ਬੱਚੇ ਗਰਾਊਂਡ 'ਚ ਆਉਂਦੇ ਸੀ। ਓਕੇ, ਚਲੋ ਬਹੁਤ ਵਧੀਆ ਜੀ। ਹਾਂਜੀ, ਸੋ ਇੱਥੋਂ ਦੇ ਬੱਚਿਆਂ ਦੇ ਜਿਹੜੇ NCC ਕੈਡਿਟਸ ਹੈਗੇ ਨੇ, ਉਹਨਾਂ ਦਾ ਹੁਣੇ ਹੁਣੇ ਕੈਂਪ ਲੱਗਾ, ਸੋ ਕੈਂਪ ਦੇ ਵਿੱਚ ਜਿਹੜੇ 10 ਦਿਨ ਲੱਗੇ ਨੇ, ਬਹੁਤ ਕੁਝ ਸਿੱਖਿਆ ਹੋਊਗਾ, ਔਰ ਮੈਨੂੰ ਪੂਰੀ ਉਮੀਦ ਹੈ ਕਿ ਜਿਹੜੀਆਂ ਹੋਰ ਗਰਲਸ ਵੀ ਹੈਗੀਆਂ ਉਹ ਇਹਨਾਂ ਤੋਂ ਬਹੁਤ ਕੁਝ ਸਿੱਖਣਗੀਆਂ। ਸੁਣਾਓਗੇ ਕੀ? ਸਰ ਗਾਣਾ ਮੈਂ ਆਪ ਕੋਸ਼ਿਸ਼ ਕੀਤੀ ਥੋੜ੍ਹਾ ਲਿਖਣ ਦਾ। ਤੁਸੀਂ ਲਿਖੇ? ਵਾਹ ਜੀ ਵਾਹ, ਵਾਹ ਜੀ ਵਾਹ, ਸੁਣਾਓ ਸੁਣਾਓ। ਹੋਪੋ ਜੀ ਨਾ ਮੈਂ ਸੂਟ ਮੁੰਡੇ ਪਿੱਛੇ ਲਾਉਣ ਨੂੰ, ਆ ਝੂੜਾ ਉੱਚਾ ਕੀਤਾ ਪੂਰਾ ਰੋਬ ਪਾਉਣ ਨੂੰ, ਆ ਸੂਟ ਮੇਰਾ ਪੂਰਾ ਰੂਪ ਨੂੰ ਸ਼ਿੰਗਾਰਦਾ, ਆ ਸੂਟ ਮੇਰਾ ਪੂਰਾ ਰੂਪ ਨੂੰ ਸ਼ਿੰਗਾਰਦਾ, ਅੱਗ ਲਾਉਣਾ ਵੇਖ ਵੇ ਸਵੈਗ ਨਹਿਰਦਾ, ਅੱਗ ਲਾਉਣਾ ਵੇਖ ਵੇ ਸਵੈਗ ਹਨੂਦਾ, ਹੱਥ ਵਿੱਚ ਕੜਾ ਪਾਇਆ 1/2 ਕਿਲੋ ਦਾ, ਹੱਥ ਵਿੱਚ ਕੜਾ ਪਾਇਆ 1/2 ਕਿਲੋ ਦਾ, ਮੈਂ ਜਣੇ ਖਣੇ ਪਿੱਛੇ ਨਹੀਂ ਉਹ ਚਾਤ ਮਾਰਦੀ, ਮੈਂ ਜਣੇ ਖਣੇ ਪਿੱਛੇ ਨਹੀਂ ਉਹ ਚਾਤ ਮਾਰਦੀ, ਅੱਧ ਵਿੱਚ ਕਾਰ ਨਹੀਂ ਉਹ ਯਾਰੀ ਛੱਡਦੀ, ਅੱਧ ਵਿੱਚ ਕਾਰ ਨਹੀਂ ਉਹ ਯਾਰੀ ਛੱਡਦੀ, ਕਦੇ ਵੀ ਆ ਭੁੱਲ ਕੇ ਨੀ ਗਾਲ ਕੱਢਦੀ, ਕਦੇ ਵੀ ਆ ਭੁੱਲ ਕੇ ਨੀ ਗਾਲ ਕੱਢਦੀ, ਉਹ ਦੁੱਧ ਅਤੇ ਪੁੱਤ ਨਗਰਾਨੀ ਭਾਲਦੇ, ਦੁੱਧ ਅਤੇ ਪੁੱਤ ਨਗਰਾਨੀ ਭਾਲਦੇ, ਉਹ ਬੰਦੇ ਨੂੰ ਮਰਾਉਂਦੇ ਸਦਾ ਬੰਦੇ ਨਾਲ ਦੇ, ਬੰਦੇ ਨੂੰ ਮਰਾਉਂਦੇ ਸਦਾ ਬੰਦੇ ਨਾਲ ਦੇ। ਥੈਂਕ ਯੂ ਸਰ। ਥੈਂਕ ਯੂ ਸੋ ਮਚ, ਥੈਂਕ ਯੂ। ਇੰਜੋਏ ਕਰਦੇ ਰਹੋ ਜੀ ਕੰਟੀਨਿਊ ਮੀਡੀਆ ਸਪੈਸ਼ਲ ਐਪੀਸੋਡ, ਕੰਟੀਨਿਊ ਮੀਡੀਆ ਇਜ਼ ਬ੍ਰੌਟ ਟੂ ਯੂ ਬਾਈ ਪ੍ਰੋਇਸ ਗੋ ਐਕਸਲ। ਹੁਣ ਵਕਤ ਇੱਕ ਛੋਟੇ ਜਿਹੇ ਬ੍ਰੇਕ ਦਾ, ਮਿਲਦੇ ਹਾਂ ਜੀ ਇੱਕ ਛੋਟੇ ਜਿਹੇ। ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸੁਣਦੇ ਤੁਹਾਡੇ ਆਪਣੇ ਫੇਵਰੇਟ ਸ਼ੋਅ ਕੰਟੀਨਿਊ ਮੀਡੀਆ ਦੇ ਵਿੱਚ। ਸਪੈਸ਼ਲ ਐਪੀਸੋਡ ਤੁਸੀਂ ਇੰਜੋਏ ਕਰ ਰਹੇ ਹੋ, ਨਕੋਦਰ ਦੇ ਵਿੱਚ ਆਏ ਹੋਏ ਆ, ਕੁੜੀਆਂ ਦੇ ਵਿੱਚ ਬਹੁਤ ਟੈਲੈਂਟ। ਕੰਟੀਨਿਊ ਮੀਡੀਆ ਸਪੈਸ਼ਲ ਐਪੀਸੋਡ ਇਜ਼ ਬ੍ਰੌਟ ਟੂ ਯੂ ਬਾਈ ਪ੍ਰੋਇਸ ਗੋ ਐਕਸਲ। ਅਗਲੇ ਬੱਚੇ ਨੂੰ ਮੈਂ ਸੱਦਾ ਦੇਣਾ, ਆਓ ਜੀ ਆਓ, ਮੀਂਹ ਆ ਗਿਆ ਹੈ। ਸਤਿ ਸ਼੍ਰੀ ਅਕਾਲ ਜੀ, ਕੀ ਨਾਂ ਤੁਹਾਡਾ? ਨੇਹਾ। ਨੇਹਾ ਜੀ, ਮਾਈਕ ਦੇ ਵਿੱਚ, ਕਿੱਥੋਂ ਬਿਲੋਂਗ ਕਰਦੇ ਹੋ? ਮੈਂ ਸ਼ਾਹਕੋਟ। ਸ਼ਾਹਕੋਟ ਤੋਂ ਕੀ ਪੇਸ਼ ਕਰੋਗੇ ਜੀ? ਮੈਂ ਸੌਂਗ ਪੇਸ਼ ਕਰਨਾ। ਆ ਜਾਓ ਆ ਜਾਓ ਆ ਜਾਓ। ਹੋ ਮਰੇ ਤਾਂ ਪੇਕੇ ਮੁੱਕਦੇ, ਵਾਹ ਪਿਓ ਮਰੇ ਕਰ ਵੇਲਾ, ਹੋ ਸ਼ਾਲਾ ਮਰਨ ਨਾ ਵੀਰ ਕਿਸੇ ਦੇ, ਉਜੜ ਜਾਂਦਾ ਏ ਮੇਲਾ, ਬਾਵਾ ਮਿੱਟੀ ਦਾ ਬਣਾਉਣੀਆਂ, ਬਾਵਾ ਮਿੱਟੀ ਦਾ ਬਣਾਉਣੀਆਂ, ਉਹਨੂੰ ਤੇਰੀ ਪੱਗ ਬੰਨ ਕੇ ਦੁੱਖ ਦਿਲ ਦਾ ਸੁਣਾਉਣੀਆਂ, ਬਾਵਾ ਮਿੱਟੀ ਦਾ ਏ ਬੋਲਦਾ ਹੀ ਨਹੀਂ, ਬਾਵਾ ਮਿੱਟੀ ਦਾ ਏ ਬੋਲਦਾ ਹੀ ਨਹੀਂ, ਮੇਰੀ ਗੱਲ ਸੁਣ ਲੈਂਦਾ, ਮੇਰੀ ਗੱਲ ਸੁਣ ਲੈਂਦਾ, ਦੁੱਖ ਆਪਣੇ ਫਰੋਲਦਾ ਹੀ ਨਹੀਂ, ਦੁੱਖ ਆਪਣੇ ਫਰੋਲਦਾ ਹੀ ਨਹੀਂ, ਮੁੱਖ ਮੇਤ ਮੋੜਿਆ ਹੀ ਦਿਲ ਮੇਰਾ ਤੋੜਿਆ ਹੀ, ਜਾ ਕੇ ਪਰਦੇਸੀ ਡੇਰੇ ਲਾ ਲੇ, ਤੇਰਿਆਂ ਵਿਛੋੜਿਆਂ ਨੇ ਚੰਦਰਿਆਂ ਚੋਰਿਆਂ ਨੇ, ਮੈਂ ਤੇ ਮੇਰਾ ਬਾਵਾ ਦੋਵੇਂ ਖਾ ਲੇ, ਹੋ ਬਾਵਾ ਮਿੱਟੀ ਦਾ ਇਹ ਦੁੱਖ ਸਹਿੰਦਾ, ਮੈਂ ਜਦੋਂ ਤੈਨੂੰ ਚੇਤੇ ਕਰਦਾ, ਇਹ ਵੀ ਮੇਰੇ ਵਾਂਗ ਰੋ ਪੈਂਦਾ, ਇਹ ਵੀ ਮੇਰੇ ਵਾਂਗ ਰੋ ਪੈਂਦਾ, ਬਾਵਾ ਮਿੱਟੀ ਦਾ ਬਣਾਉਣੀ, ਉਹਨੂੰ ਤੇਰੀ ਪੱਗ ਬੰਨ ਕੇ, ਹਾਏ ਉਹਨੂੰ ਤੇਰੀ ਪੱਗ ਬੰਨ ਕੇ, ਦੁੱਖ ਦਿਲ ਦੇ ਸੁਣਾਉਂਦੀਆਂ, ਦਿਲ ਦੇ ਸੁਣਾਉਂਦੀਆਂ। ਥੈਂਕ ਯੂ ਸੋ ਮਚ, ਬਹੁਤ ਸੋਹਣਾ ਗਾਣਾ ਤੁਸੀਂ ਚੂਜ਼ ਕੀਤਾ, ਬਹੁਤ ਬਹੁਤ ਬੈਸਟ। ਚਲੋ ਜੀ, ਥਰਡ ਸੈਗਮੈਂਟ ਚੱਲ ਰਿਹਾ, ਥਰਡ ਸੈਗਮੈਂਟ ਦੇ ਵਿੱਚ ਫਿਰ ਪ੍ਰੋ ਇਸ ਵੱਲੋਂ ਜਿਹੜਾ ਲਾਈਵ ਡਿਜੀਟਲ ਕੰਟੈਸਟ ਹੈਗਾ ਉਹ ਚੱਲ ਰਿਹਾ, ਤੁਸੀਂ ਨੰਬਰ ਦਿੱਤੇ ਹੋਏ ਤੇ ਮਿਸ ਕਾਲ ਕਰ ਸਕਦੇ ਹੋ, 9667027703 ਦੇ ਉੱਤੇ ਯੂਨੀਕ ਕੋਡ ਫੋਨ ਦੇ ਉੱਤੇ ਅਵੇਲੇਬਲ ਹੋ ਜਾਣਗੇ। ਪ੍ਰੋ ਇਸ ਦੀ ਟੀਮ ਵੱਲੋਂ ਰੈਂਡਮਲੀ ਵਿਨਰ ਚੁਣੇ ਜਾਣਗੇ ਅਤੇ ਪ੍ਰੋ ਇਸ ਵੱਲੋਂ ਗਿਫਟ ਹੈਂਪਰ ਦਿੱਤੇ ਜਾਣਗੇ। ਅਗਲੇ ਬੱਚੇ ਨੂੰ ਮੈਂ ਸੱਦਾ ਦਿੰਦਾ, ਨਕੋਦਰ ਦੇ ਵਿੱਚ ਕੁੜੀਆਂ ਦੇ ਵਿੱਚ ਬਹੁਤ ਟੈਲੈਂਟ, ਆਓ ਜੀ ਆਓ ਆਓ ਆਓ।
ਸਾਕਸ਼ੀ ਓਕੇ ਤੁਸੀਂ ਕੀ ਪੜ੍ਹਦੇ ਹੋ ਜੀ ਸਰ ਬੀਏ ਸੈਕੰਡ ਇਅਰ ਦੀ ਸਟੂਡੈਂਟ ਓਕੇ ਜੀ ਤੁਸੀਂ ਕੀ ਪੇਸ਼ ਕਰੋਗੇ ਜੀ ਸਰ ਸੌਂਗ ਸੌਂਗ ਸੁਣਾਓ ਜੀ ਕਦੇ ਲਾਡੋ ਕਦੇ ਕਮਲੀ ਤੇ ਪੁੱਤ ਨੂੰ ਰੀਜਾ ਲਾ ਲਾ ਕੇ ਗੁੰਦੀ ਮੇਰੀ ਗੁੱਤ ਨੂੰ ਦੁੱਧ ਦਾ ਗਲਾਸ ਚੱਕ ਕੇ ਫਿਰਨਾ ਮੇਰਾ ਸ਼ੇਰ ਬੱਚਾ ਪੀ ਬਣ ਕੇ ਲਵ ਯੂ ਤੇਰੇ ਨਾ ਬੇਬੇ ਮੇਰੀ ਮੈਂ ਸੁਖ ਮਣਾ ਤੇਰੀ ਧੀ ਬਣ ਕੇ ਲਵ ਯੂ ਤੇਰੇ ਨਾ ਬੇਬੇ ਮੇਰੀ ਮੈਂ ਸੁਖ ਮਣਾ ਤੇਰੀ ਧੀ ਬਣ ਕੇ ਲਵ ਯੂ ਤੇਰੇ ਨਾ ਬੇਬੇ ਮੇਰੀ ਮੈਂ ਸੁਖ ਮਣਾ ਤੇਰੀ ਧੀ ਬਣ ਕੇ ਬਹੁਤ ਵਧੀਆ ਬਹੁਤ ਵਧੀਆ ਬਹੁਤ ਚੰਗਾ ਗਾਣਾ ਤੁਸੀਂ ਆਪਣੇ ਮਦਰ ਨੂੰ ਡੈਡੀਕੇਟ ਕੀਤਾ ਬਹੁਤ ਵਧੀਆ ਮੇਰੇ ਮੰਮਾ ਨਹੀਂ ਆ ਮੈਂ ਇਹ ਸੌਂਗ ਮੇਰੇ ਗ੍ਰੈਂਡਮਦਰ ਅਤੇ ਮੇਰੇ ਆਂਟੀ ਜੀ ਜੋ ਕਿ ਇਸ ਟਾਈਮ ਇੰਗਲੈਂਡ 'ਚ ਬੈਠੇ ਆ ਉਹਨਾਂ ਨੂੰ ਡੈਡੀਕੇਟ ਕੀਤਾ ਕਿਉਂਕਿ ਮੈਨੂੰ ਉਹਨਾਂ ਨੇ ਕਦੇ ਮੇਰੇ ਮੋਮ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਲਵ ਯੂ ਮੰਮਾ ਐਂਡ ਆਈ ਮਿਸ ਯੂ ਸੋ ਮਚ ਕਿਆ ਬਹੁਤ ਵਧੀਆ ਥੈਂਕ ਯੂ ਸੋ ਮਚ ਜੀ ਚੜ੍ਹਦੀ ਕਲਾ 'ਚ ਰਹੋ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖਣ ਖੁਸ਼ ਰੱਖਣ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਹੈ ਤੁਹਾਡਾ ਰਜਨੀ ਹੈਂਜੀ ਰਜਨੀ ਰਜਨੀ ਸਹੀ ਹੈ ਮੇਰਾ ਮੂੰਹ ਅੱਜ ਜੋਕਰ ਕਰ ਲਾ ਦੋ ਤਾਂ ਇਹਦੀ ਹੱਸੀ ਜਾਂਦੇ ਹੱਸਦੀ ਆਈ ਹੈ ਤੁਸੀਂ ਪੜਾਉਂਦੇ ਹੋ ਕਿ ਪੜ੍ਹਦੇ ਹੋ ਪੜਾਉਂਦੇ ਹੋ ਹਾਂਜੀ ਮੈਂ ਟੀਚਰ ਹਾਂ ਹਾਂਜੀ ਅੱਛਾ ਜੀ ਕੀ ਪੜਾਉਂਦੇ ਹੋ ਜੀ ਇਕਨੋਮਿਕਸ ਐਂਡ ਕਿਊਟੀ ਇਕਨੋਮਿਕਸ ਐਂਡ ਕਿਊਟੀ ਹਾਂਜੀ ਮਤਲਬ ਕਿਊਟ ਹਾਂਜੀ ਕੁਆਂਟੀਟੇਟਿਵ ਟੈਕਨੀਕ ਕੋ ਕੁਆਂਟੀਟੇਟਿਵ ਟੈਕਨੀਕ ਇਹ ਤਾਂ ਬੋਲਣਾ ਨਹੀਂ ਆਉਂਦਾ ਪੜਾਂਗੇ ਕੀ ਕੋ ਐਡਿਟ ਕੁਆਂਟੀਟੇਟਿਵ ਟੈਕਨੀਕ ਕੁਆਂਟੀਟੇਟਿਵ ਟੈਕਨੀਕ ਓਏ ਹੋਏ ਹੋਏ ਵੱਲ ਪੈ ਗਿਆ ਸੀ ਜਵਾਨ ਨੂੰ ਕੁਆਂਟੀਟੇਟਿਵ ਟੈਕਨੀਕ ਪੜਾਉਂਦੇ ਨੇ ਮੈਡਮ ਕੁਆਂਟੀਟੇਟਿਵ ਟੈਕਨੀਕ ਅੱਛਾ ਜੀ ਕਿੱਥੋਂ ਜੀ ਤੁਸੀਂ ਕੁਆਂਟੀਟੇਟਿਵ ਮੈਡਮ ਫਰੋਮ ਜਲੰਧਰ ਫਰੋਮ ਜਲੰਧਰ ਕੀ ਪੇਸ਼ ਕਰੋਗੇ ਜੀ ਕੀ ਸੁਣਾਓਗੇ ਕਦੋਂ ਕਦੋਂ ਪੜਾਉਣ ਲੱਗੇ ਕਾਲਜ ਦੇ ਵਿੱਚ ਹੱਸੀ ਜਾਂਦੇ ਮੈਡਮ ਸਿੰਸ 2014 ਆਈ ਥਿੰਕ ਆਈ ਹੈਵ ਅ 5 ਇਅਰ ਐਕਸਪੀਰੀਅੰਸ ਹੇਅਰ ਇੰਗਲਿਸ਼ ਇੰਨੀ ਹਾਈ ਤੁਹਾਡੀ ਅੱਛਾ 2014 ਤੋਂ ਪੜਾ ਰਹੇ ਹੋ ਜੀ ਹਾਂਜੀ ਬਹੁਤ ਵਧੀਆ ਕਿੱਦਾਂ ਦਾ ਰਿਹਾ ਹੁਣ ਤੱਕ ਦਾ ਐਕਸਪੀਰੀਅੰਸ ਬਹੁਤ ਬੜੀਆ ਅੱਛਾ ਬਹੁਤ ਵਧੀਆ ਹੁਣ ਕੀ ਪੇਸ਼ ਕਰੋਗੇ ਜੀ ਪਰਿਵਾਰ 'ਚ ਕੌਣ ਕੌਣ ਚੱਲੋ ਇਹ ਵੀ ਦੱਸ ਦਿਓ ਬ੍ਰਦਰ ਸਿਸਟਰਸ ਐਂਡ ਮਦਰ ਮਦਰ ਐਂਡ ਐਂਡ ਮੋਦੋ ਫਾਦਰ ਓਕੇ ਓਕੇ ਮੋਦੋ ਫਾਦਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਦੋਵੇਂ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਤੁਹਾਡਾ ਕੋਈ ਤਾਂ ਕੋਈ ਪਰਿਵਾਰ 'ਚੋਂ ਬਾਹਰ ਵੀ ਗਿਆ ਆ ਹਾਂਜੀ ਗਿਆ ਗਿਆ ਆ ਇਹ ਜਲੰਧਰ ਜਲੰਧਰ ਦੇ ਵਿੱਚ ਇਹ ਉਹ ਵੀ ਆਦਤ ਆ ਵੀ ਜਦੋਂ ਇੱਕ ਜਣਾ ਬਾਹਰ ਜਾਂਦਾ ਆ ਤਾਂ ਜਿਹੜੇ ਇੱਥੇ ਰਹਿੰਦੇ ਆ ਇਹ ਫਿਰ ਸਤਿ ਸ਼੍ਰੀ ਅਕਾਲ ਕਹਿੰਦੇ ਆ ਕੌਣ ਗਿਆ ਆ ਬਾਹਰ ਕਿੱਥੇ ਗਿਆ ਆ ਬ੍ਰਦਰ ਐਂਡ ਸਿਸਟਰ ਬ੍ਰਦਰ ਐਂਡ ਸਿਸਟਰ ਕਿਹੜੇ ਆਸਟ੍ਰੇਲੀਆ ਆਸਟ੍ਰੇਲੀਆ ਗਏ ਆ ਕਿਹੜੀ ਸਿਟੀ ਮੈਲਬਰਨ ਪਰਥ ਸਿਡਨੀ 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 ਦੇ ਵਿੱਚ ਆ ਓਕੇ 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 ਬਹੁਤ ਵਧੀਆ ਗੋਜੇ ਆ ਤੁਸੀਂ ਵੀ ਜਾਣਾ ਮੰਗਦੇ ਆ ਅਭੀ ਸਟਿਲ ਸੋਚਾ ਨਹੀਂ ਅਭੀ ਸਟਿਲ ਟੂ ਇਅਰਸ ਜਾ ਕੇ ਮੈਡਮ ਅੱਛਾ ਹਜੇ ਅਭੀ ਸੋਚਾ ਨਹੀਂ ਹੈ ਲੇਕਿਨ 2 ਸਾਲਾਂ ਬਾਅਦ ਜਾਏਂਗੇ ਯੇ ਓਕੇ ਓਕੇ ਦੈਟਸ ਗੁੱਡ ਦੈਟਸ ਗੁੱਡ ਸੋ ਹੁਣ ਤੁਸੀਂ ਕੀ ਸੁਣਾਓਗੇ ਟੰਗ ਟਵਿਸਟਰ ਕੋਈ ਟੰਗ ਟਵਿਸਟਰ ਯਾ ਥੋੜੀ ਤਾਂ ਪਹਿਲਾਂ ਹੀ ਬੋਲੀ ਟੰਗ ਟਵਿਸਟਰ ਵਰਗੀ ਆ ਪਰ ਚਲੋ ਕੋਈ ਨਹੀਂ ਸੁਣਦੇ ਹਾਂ ਚਲੋ ਪੁੱਛੋ ਟੰਗ ਟਵਿਸਟਰ ਬੋਲੋ ਕਿਹੜਾ ਜੀ ਮੈਂ ਕੋਸ਼ਿਸ਼ ਕਰੂੰਗਾ ਵੀ ਮੈਂ ਵੀ ਬੋਲਾਂ ਹਾਂਜੀ ਜਲੰਧਰ ਵਾਲਿਓ ਇੰਦਰ ਇੰਦਰ ਹੀ ਕੋਟਾ ਇੰਦਰ ਹੀ ਕੋਟਾ ਹਾਂਜੀ ਪ੍ਰੋ ਇਜ਼ ਗੋ ਐਕਸਲ ਗੋ ਫਾਰ ਪ੍ਰੋ ਇਜ਼ ਐਕਸਲ ਪ੍ਰੋ ਇਜ਼ ਗੋ ਐਕਸਲ ਗੋ ਫਾਰ ਪ੍ਰੋ ਇਜ਼ ਐਕਸਲ ਪ੍ਰੋ ਇਜ਼ ਗੋ ਐਕਸਲ ਗੋ ਫਾਰ ਪ੍ਰੋ ਇਜ਼ ਐਕਸਲ ਪ੍ਰੋ ਇਜ਼ ਗੋ ਐਕਸਲ ਗੋ ਫਾਰ ਪ੍ਰੋ ਇਜ਼ ਐਕਸਲ ਤਿੰਨ ਵਾਰ ਤੁਸੀਂ ਬੋਲਣਾ ਜੀ ਹੁਣ ਪ੍ਰੋ ਇਜ਼ ਗੋ ਐਕਸਲ ਗੋ ਫਾਰ ਪ੍ਰੋ ਇਜ਼ ਐਕਸਲ ਪ੍ਰੋ ਇਜ਼ ਗੋ ਐਕਸਲ ਗੋ ਫਾਰ ਪ੍ਰੋ ਇਜ਼ ਐਕਸਲ ਪ੍ਰੋ ਇਜ਼ ਗੋ ਐਕਸਲ ਗੋ ਫਾਰ ਪ੍ਰੋ ਇਜ਼ ਐਕਸਲ ਧੰਨਵਾਦ ਧੰਨਵਾਦ ਬਹੁਤ ਵਧੀਆ ਥੈਂਕ ਯੂ ਸੋ ਮਚ ਤੁਸੀਂ ਵੀ ਛੇਤੀ ਛੇਤੀ ਜਾਓ ਆਸਟ੍ਰੇਲੀਆ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਪੂਜਾ ਪੂਜਾ ਜੀ ਕਿੱਥੋਂ ਜੀ ਮੈਂ ਮੈਦਪੁਰ ਤੋਂ ਉਹ ਵੀ ਜਗਰਾਵਾਂ ਨਾਲ ਹਾਂਜੀ ਅੱਛਾ ਅੱਛਾ ਮੀਡੀ ਬਹੁਤ ਵਧੀਆ ਕੀਤੀ ਤੁਸੀਂ ਥੈਂਕ ਯੂ ਜੀ ਹਾਂਜੀ ਕੀ ਸੁਣਾਓਗੇ ਜੀ ਮੈਂ ਪੋਇਮ ਪੇਸ਼ ਕਰਾਂਗੀ ਮੋਮ ਤੇ ਹੈ ਅੱਛਾ ਜੀ ਮਾਂ ਦੀ ਅਰਦਾਸ ਕਦੀ ਖਾਲੀ ਨਹੀਂ ਜਾਂਦੀ ਮਾਂ ਦੀ ਅਰਦਾਸ ਕਦੀ ਖਾਲੀ ਨਹੀਂ ਜਾਂਦੀ ਮਾਂ ਦੀ ਬਦਦੁਆ ਕਦੀ ਟਾਲੀ ਨਹੀਂ ਜਾਂਦੀ ਭਾਂਡੇ ਮਾਂਝ ਕੇ 2-3 ਬੱਚੇ ਪਾਲ ਲੈਂਦੀ ਪਰ 2-3 ਪੁੱਤਰਾਂ ਕੋਲ ਇੱਕ ਮਾਂ ਨਹੀਂ ਸੰਭਾਲੀ ਜਾਂਦੀ ਵਾਹ ਜੀ ਵਾਹ ਬਹੁਤ ਸਰ ਮੈਂ ਤੁਹਾਡੀ ਬਹੁਤ ਵੱਡੀ ਫੈਨ ਆ ਥੈਂਕ ਯੂ ਜੀ ਤੁਹਾਡੇ ਕਰਕੇ ਹੈਂਡਸ਼ੇਕ ਹਾਂ ਜੀ ਤੁਹਾਡੇ ਕਰਕੇ ਸ਼ੋਅ ਚੱਲਦਾ ਤੁਹਾਡੇ ਪਰਿਵਾਰਾਂ ਕਰਕੇ ਸ਼ੋਅ ਚੱਲਦਾ ਥੈਂਕ ਯੂ ਸੋ ਮਚ ਘਰ ਪਰਿਵਾਰ 'ਚ ਕੌਣ ਕੌਣ ਜੀ ਮੰਮੀ ਜੀ ਪਾਪਾ ਜੀ ਬ੍ਰਦਰ ਜੀ ਤੇ ਦੀਦੀ ਜੀ ਚਲੋ ਸਾਰੇ ਜੀਆਂ ਨੂੰ ਉਹ ਤੁਹਾਡੇ ਬਹੁਤ ਵੱਡੇ ਫੈਨ ਆ ਪਲੀਜ਼ ਹੈਲੋ ਕਹਿ ਦੇਣਾ ਚਲੋ ਸਾਰਿਆਂ ਨੂੰ ਮੈਂ ਪੈਰੀ ਹੱਥ ਲਾਉਣਾ ਜੀ ਵੱਡੇ ਨੇ ਇਹਨਾਂ ਦੇ ਆਸ਼ੀਰਵਾਦ ਇਹਨਾਂ ਦੇ ਦੁਆਵਾਂ ਨਾਲ ਹੀ ਕੰਮ ਚੱਲਦਾ ਸੋ ਸਾਰਿਆਂ ਨੂੰ ਬਹੁਤ ਪਿਆਰ ਅਦਬ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਉਹ ਕਦੇ ਵੀ ਤੁਹਾਡਾ ਐਪੀਸੋਡ ਮਿਸ ਨਹੀਂ ਕਰਦੇ ਥੈਂਕ ਯੂ ਸੋ ਮਚ ਮੈਨੂੰ ਬਹੁਤ ਵਧੀਆ ਲੱਗਦਾ ਜਦੋਂ ਮੈਨੂੰ ਕੋਈ ਆ ਕੇ ਕਹਿੰਦਾ ਵੀ ਅਸੀਂ ਪਰਿਵਾਰ ਦੇ ਵਿੱਚ ਬਹਿ ਕੇ ਸ਼ੋਅ ਦੇਖਦੇ ਹਾਂ ਸੋ
ਜਦੋਂ ਪਰਿਵਾਰ ਇਕੱਠਾ ਬਹਿ ਕੇ ਸ਼ੋਅ ਦੇਖੇ ਤਾਂ ਉਹਦੇ ਵਰਗੀ ਕੋਈ ਰੀਸ ਨਹੀਂ ਹੁੰਦੀ। ਸੋ ਧੰਨਵਾਦ ਤੁਹਾਡੇ ਸਾਰਿਆਂ ਪਰਿਵਾਰਾਂ ਦਾ ਜਿਹਨਾਂ ਕਰਕੇ ਸ਼ੋਅ ਚੱਲਦਾ। 5ਵਾਂ ਸਾਲ ਕੰਪਲੀਟ ਹੋ ਚੁੱਕਿਆ, ਆਪ ਸਭ ਦੀ ਬਹੁਤ ਮਿਹਰਬਾਨੀ, ਸਭ ਨੂੰ ਪਿਆਰ ਸਪਲਾਈ। ਪਲੀਜ਼ ਇੱਕ ਸੌਂਗ ਸੁਣਾ ਦਿਓ ਤੁਸੀਂ, ਜਾਨਵਰ। ਕਿਹੜਾ ਸੁਣਾ ਜੀ? ਜਾਨਵਰ। ਅੱਛਾ, ਜਾਨਵਰ ਦਾ। ਤੂੰ ਫਿਕਰਾਂ ਨੂੰ ਦਿਲ ਚੋਂ ਰਿਮੂਵ ਕਰਦੇ, ਮੈਂ ਲੱਗੀਆਂ ਦੇ ਮੁੱਲ ਤਾਰੂੰਗਾ। ਤੂੰ ਜਿੱਥੇ ਜਿੱਥੇ ਪੈਰ ਧਰੇਂਗੀ ਹੀ ਮੈਂ ਉਹ, ਤੂੰ ਜਿੱਥੇ ਜਿੱਥੇ ਪੈਰ ਧਰੇਂਗੀ ਹੀ ਮੈਂ ਉੱਥੇ ਉੱਥੇ ਜਾਨਵਰੂੰਗਾ। ਉਹ ਤੇਰਾ ਚੰਨ ਤੋਂ ਸੁਨੱਖਾ ਮੁੱਖ ਸੋਹਣੀਏ, ਤੋੜ ਦਿੰਦਾ ਮੇਰੇ ਸਾਰੇ ਦੁੱਖ ਸੋਹਣੀਏ। ਫੁੱਲਾਂ ਨਾਲੋਂ ਵੱਧ ਤੇਰੀ ਕੇਰ ਕਰਨੀ, ਮੇਰੀ ਜ਼ਿੰਦਗੀ ਦੀ ਖਾਲੀ ਥਾਂ ਤੂੰ ਭਰਨੀ। ਤੇਰੇ ਉੱਤੇ ਮਰਦਾ ਮੈਂ ਪਿਆਰ ਤੈਨੂੰ ਕਰਦਾ ਮੈਂ ਹੈ ਨੀ, ਜੋ ਵੀ ਜਿੱਤਿਆ ਮੈਂ ਅੱਜ ਤਾਈਂ ਤੇਰੇ ਤੋਂ ਹਾਰੂੰਗਾ। ਤੂੰ ਜਿੱਥੇ ਜਿੱਥੇ ਮੈਂ ਉੱਥੇ ਉੱਥੇ, ਤੂੰ ਜਿੱਥੇ ਜਿੱਥੇ ਮੈਂ ਉੱਥੇ ਉੱਥੇ ਜਾਨਵਰੂੰਗਾ। ਚਲੋ ਜੀ, ਬੱਚਿਆਂ ਦੇ ਵਿੱਚ ਬਹੁਤ ਜੋਸ਼ ਹੈ ਔਰ ਬਹੁਤ ਐਂਟਰਟੇਨਮੈਂਟ ਭਰਿਆ ਪ੍ਰੋਗਰਾਮ ਚੱਲ ਰਿਹਾ ਹੈ। ਸਪੈਸ਼ਲ ਐਪੀਸੋਡ ਹੈ ਕਿਉਂਕਿ ਕੰਟੀਨਿਊ ਡੀਰ ਇਜ਼ ਬਰੋਟ ਟੂ ਯੂ ਬਾਈ ਅ ਪ੍ਰੋ ਇਜ਼ ਗੋ ਐਕਸਲ ਐਂਡ ਪ੍ਰੋ ਇਜ਼ ਗੋ ਐਕਸਲ ਜਿਹੜੇ ਸਾਡੇ ਸਪੋਂਸਰ ਨੇ ਉਹਨਾਂ ਵੱਲੋਂ ਇੱਕ ਗੇਮ ਹੈ। ਸੋ ਉਹਨਾਂ ਦੀ ਟੀਮ 'ਚ ਇੱਕ ਸਾਡੇ ਮੈਡਮ ਨੇ, ਉਹ ਸਮਝਾਉਣਗੇ ਵੀ ਬੱਚਿਆਂ ਨੇ ਗੇਮ ਕਿਵੇਂ ਖੇਡਣੀ ਹੈ, ਕੀ ਖੇਡਣੀ ਹੈ। ਮੈਮ ਸਮਝਾਓ ਜੀ। ਹਮਾਰੇ ਪਾਸ ਦੋ ਬਾਲਸ ਕੇ ਸੈਟ ਹੈ, ਇੱਕ ਹੈ ਰੈਗੂਲਰ ਔਰ ਇੱਕ ਹੈ ਐਕਸਲ। ਹਮਾਰੇ ਪਾਸ ਚਾਰ ਚਾਰ ਕੀ ਟੀਮ ਹੋਗੀ, ਜੋ ਟੀਮ ਸਭਸੇ ਜ਼ਿਆਦਾ ਬਾਲਸ ਉਸ ਬਕਟ ਮੇ ਡਾਲੇਗੀ ਵੋ ਇਸ ਰਾਊਂਡ ਕੀ ਵਿਨਰ ਬਨੇਗੀ। ਆ ਜਾਈਏ ਟੀਮਸ, ਆ ਜਾਈਏ, ਚਾਰ ਚਾਰ ਕੀ ਟੀਮਸ ਆ ਜਾਈਏ, ਚਾਰ ਇੱਧਰ ਖੜੇ ਹੋ ਜਾਈਏ, ਚਾਰ ਇੱਧਰ ਖੜੇ ਹੋ ਜਾਈਏ। ਆਪ ਲੋਕੋ ਕੋ ਯੇ ਬਾਲਸ ਆਪਣੀ ਉਸ ਬਕਟ ਮੇ ਡਾਲੀਏ, ਜੋ ਸਭਸੇ ਜ਼ਿਆਦਾ ਬਾਲਸ ਉਸਮੇ ਡਾਲੇਗਾ, ਇਸਕਾ ਕੋਈ ਟਾਈਮ ਲਿਮਿਟ ਨਹੀਂ ਹੈ, ਜੋ ਸਭਸੇ ਜ਼ਿਆਦਾ ਬਾਲਸ ਡਾਲੇਗਾ ਵੋ ਇਸ ਰਾਊਂਡ ਕਾ ਵਿਨਰ ਬਨੇਗਾ। ਠੀਕ ਹੈ, ਹਮ ਇਸ ਰਾਊਂਡ ਕੇ ਲਈ ਰੈਡੀ ਹੈ। 1 2 3 ਗੋ। एक बॉल है और वहाँ पे दो बॉल है, तो इससे हमें ये पता चला कि एक्सेल बॉल ज़्यादा देर तक उन्होंने होल्ड करा और रेगुलर बॉल जो कि छोटी बॉल है उन्होंने वहाँ पे होल्ड नहीं करा। सो हमारे पैड्स भी इसी तरह हैं, रेगुलर साइज छोटा पड़ता है और एक्सेल साइज हम प्रेफर करेंगे। थैंक यू हमारे साथ जुड़ने के लिए और ये गेम खेलने के लिए। आप सब लोगों के लिए हमारे पास गिफ्ट हैम्पर्स हैं, सो हम आप सबको प्रोइस की तरफ से गिफ्ट हैम्पर देना चाहेंगे और हम यही करेंगे प्रोइस गो एक्सेल आपकी लाइफ हो आगे जाके, जो कि 90% मोर एब्जॉर्ब करता है और 50 mm ज़्यादा बड़ा है। थैंक यू। पर हमारी तरफ से प्रोइज की तरफ से आप सब पार्टिसिपेंट्स के लिए, आई होप आप सब की एक्सेल लाइफ हो जो कि 90% मोर एब्जॉर्ब करता है और 50 mm ज्यादा लॉन्गर है दैन दी रेगुलर पैड्स। थैंक यू। तो थर्ड सेगमेंट दे लाइव डिजिटल कॉन्टेस्ट दे विनर्स सिलेक्ट कर ले होने प्रोइज टीम वालों। डिजिटल लाइव कॉन्टेस्ट थर्ड राउंड दे विनर्स है, प्लीज विनर्स, फर्स्ट विनर। सो ये सी थर्ड राउंड दे साडे विनर्स। सो प्रो इज गो एक्सेल जो है रेगुलर पैड से मुकाबले 50 mm ज़्यादा लार्ज, 90% ऑब्जर्वेंस, मिनी पैक भी तुम ट्राई कर सकते हो जस्ट फॉर ₹25। प्रो इज गो एक्सेल गो लॉन्ग लॉन्ग लास्टिंग प्रोटेक्शन। थैंक यू सो मच मैम। तीजे सेगमेंट ने विनर्स बहुत सारी मुबारक, प्रो इज वालों ने गिफ्ट हैम्पर दिए गए साडे स्पॉन्सर ने, क्योंकि कंटीन्यू डीर इज ब्रॉट टू यू बाय प्रो इज। ते हुण इत्थों दीआं कुड़ियां दा असीं तुहानूं दिखावांगे जी गिद्दा। ਪੀਪਾ
ਚਲੋ ਜੀ ਗੁੱਦਾ ਤੁਸੀਂ ਇੰਜੋਏ ਕਰ ਰਹੇ ਹੋ, ਅਗਲੇ ਹਫ਼ਤੇ ਇੱਕ ਨਵੇਂ ਐਪੀਸੋਡ ਦੇ ਨਾਲ ਮਿਲਾਂਗੇ। ਕੰਟੀਨਿਊ ਮੰਡੀ ਦਾ ਸਪੈਸ਼ਲ ਐਪੀਸੋਡ ਤੁਸੀਂ ਇੰਜੋਏ ਕੀਤਾ। ਕੰਟੀਨਿਊ ਮੰਡੀ ਇਜ਼ ਬ੍ਰੌਟ ਟੂ ਯੂ ਬਾਈ ਪ੍ਰੋ ਇਜ਼ ਗੋ ਐਕਸਲ। ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਥੈਂਕ ਯੂ ਸੋ ਮਚ, ਗੋਡ ਬਲੈਸ ਯੂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਰਵਨੀਤ। ਥੈਂਕ ਯੂ ਸੋ ਮਚ, ਤੁਸੀਂ ਸ਼ੋਅ ਨੂੰ ਇੰਨਾ ਪਿਆਰ ਕਰਦੇ ਹੋ। ਨਾਲ ਦੇ ਨਾਲ MHONE ਕੰਟੀਨਿਊ ਮੰਡੀਰ ਦੇ ਇਸ ਯੂਟਿਊਬ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ, ਨਾਲੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਓ ਤਾਂ ਕਿ ਅਗਲੇ ਸ਼ੋਅਜ਼ ਦੀਆਂ ਜਿਹੜੀਆਂ ਨੋਟੀਫਿਕੇਸ਼ਨ ਹੈਗੀਆਂ ਉਹ ਤੁਹਾਨੂੰ ਮਿਲ ਜਾਣ। ਸਤਿ ਸ਼੍ਰੀ ਅਕਾਲ ਜੀ।